ਪੀਰਾਂ ਫਕੀਰਾਂ ਦੀ ਧਰਤੀ ਨਕੋਦਰ, ਇਤਿਹਾਸਕ ਧਰਤੀ ਨਕੋਦਰ, ਇਤਿਹਾਸਕ ਧਰਤੀ ਦੇ ਸੰਘਰਸ਼ੀਲ ਅਤੇ ਆਪਣੇ ਹੱਕਾਂ ਨੂੰ ਪਛਾਣਨ ਵਾਲੇ ਅਤੇ ਮਾਨਣ ਵਾਲੇ ਨਕੋਦਰ ਦੇ ਸਾਰੇ ਲੋਕ, ਮੰਚ 'ਤੇ ਵਿਰਾਜਮਾਨ ਮੇਰੇ ਕੈਬਨਿਟ ਦੇ ਦੋ ਸਾਥੀ ਸਰਦਾਰ ਬਲਕਾਰ ਸਿੰਘ ਜੀ, ਡਾਕਟਰ ਬਲਵੀਰ ਜੀ, ਹੁਣੇ ਪਿਛਲੇ ਦਿਨੀ ਕੁਛ ਮਹੀਨੇ ਪਹਿਲੇ ਬਹੁਤ ਵੱਡੇ ਫਤਵਾ ਨਕੋਦਰ ਦੇ ਲੋਕਾਂ ਦਾ ਵੀ, ਜਦੋਂ ਅਸੀਂ ਇੱਕ ਮੌਕਾ ਮੰਗਿਆ ਸੀ ਕਿ ਸਾਲ ਦੀ ਪਾਰਲੀਮੈਂਟਰੀ ਸੀਟ ਹੈ, ਸਾਲ ਬਾਅਦ ਦੁਬਾਰਾ ਵੋਟਾਂ ਪੈਣਗੀਆਂ, ਪਰ ਅਸੀਂ ਇੱਕ ਸਾਲ ਦੇ ਵਿੱਚ ਤੁਹਾਨੂੰ ਰੋਲ ਮਾਡਲ ਬਣ ਕੇ ਦਿਖਾ ਦਿਆਂਗੇ। ਸਾਡੇ ਐਮ ਪੀ ਸਾਹਿਬ ਸ਼੍ਰੀ ਸੁਸ਼ੀਲ ਰਿੰਕੂ ਜੀ, ਸਾਡੀ ਇਸ ਇਲਾਕੇ ਤੋਂ ਹਰਮਨ ਪਿਆਰੇ ਐਮ ਐਲ ਏ ਸਾਹਿਬਾ ਇੰਦਰਜੀਤ ਕੌਰ ਮਾਨ ਜੀ, ਜਿਨ੍ਹਾਂ ਨੇ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਆਪਣੇ ਸੇਵਾ ਨੂੰ ਇਸ ਵਕਤ ਲੱਖਾਂ ਲੋਕਾਂ ਨੂੰ ਰੀਪ੍ਰਜੈਂਟ ਕਰਦੇ ਨੇ ਵਿਧਾਨ ਸਭਾ ਦੇ ਵਿੱਚ, ਸਾਡੇ ਜਲੰਧਰ ਦੀ ਸਾਰੀ ਟੀਮ, ਆਮ ਆਦਮੀ ਪਾਰਟੀ ਦੀ ਵੱਖ ਵੱਖ ਅਹੁਦਿਆਂ 'ਤੇ ਵਿਰਾਜਮਾਨ ਚੇਅਰਮੈਨ ਸਾਹਿਬਾਨ, ਸਾਡੇ ਸੰਗਠਨ ਦੇ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਜੁਝਾਰੂ ਸਾਥੀ, ਅਤੇ ਸਾਰਿਆਂ ਤੋਂ ਵੱਧ ਮੈਂ ਧੰਨਵਾਦ ਕਰਦਾ ਜਿੰਨੇ ਸਤਿਕਾਰਯੋਗ ਬਜ਼ੁਰਗ, ਨੌਜਵਾਨ ਵੀਰ, ਮਾਵਾਂ ਭੈਣਾਂ ਅੱਜ ਇੱਥੇ ਪਹੁੰਚੋ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਦੇ ਸਮਾਗਮ ਪੰਜਾਬ ਦੇ ਵਿੱਚ ਬਹੁਤ ਸਮੇਂ ਬਾਅਦ ਦੇਖਣ ਨੂੰ ਮਿਲੇ ਨੇ, ਖੁਸ਼ੀਆਂ ਦੇ ਸਮਾਗਮ। ਜਦੋਂ ਨੌਕਰੀਆਂ ਮਿਲ ਰਹੀਆਂ ਹੋਣ, ਬੱਚਿਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹੋਣ, ਜਦੋਂ ਹਸਪਤਾਲ ਬਣ ਰਹੇ ਹੋਣ, ਸ਼ਾਨਦਾਰ ਸੇਵਾਵਾਂ ਮਿਲ ਰਹੀਆਂ ਹੋਣ, ਜਦੋਂ ਘਰ ਘਰ ਰਾਸ਼ਨ ਵੰਡਣ ਦੀਆਂ ਸਕੀਮਾਂ ਚੱਲ ਰਹੀਆਂ ਹੋਣ, ਜਦੋਂ ਨਹਿਰਾਂ ਅਤੇ ਕੱਸੀਆਂ ਦਾ 35-35 ਸਾਲ ਪਹਿਲਾਂ ਸੁੱਕਿਆ ਹੋਇਆ ਪਾਣੀ ਦੁਬਾਰੇ ਸੁਰਜੀਤ ਹੋ ਰਿਹਾ ਹੋਵੇ, ਜਦੋਂ ਤੀਰਥ ਯਾਤਰਾ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਜਾਣ ਲਈ ਉਪਰਾਲੇ ਕੀਤੇ ਜਾਣ ਹੋਣ ਸਰਕਾਰਾਂ ਵੱਲੋਂ, ਇੱਦਾਂ ਦੇ ਸਮਾਗਮ ਬਹੁਤ ਚਿਰਾਂ ਬਾਅਦ ਹੋ ਰਹੇ ਨੇ, ਜਦੋਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਦੋਂ ਸ਼ਾਨਦਾਰ ਸਰਕਾਰੀ ਸਕੂਲ ਬਣ ਰਹੇ ਨੇ, ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਲਾ ਰਹੇ ਨੇ, ਬਹੁਤ ਦੇਰ ਬਾਅਦ ਦੇਖਿਆ ਪੰਜਾਬ ਨੇ, ਪਹਿਲਾਂ ਕਦੇ ਦੇਖਿਆ ਨਹੀਂ ਸੀ, ਕਿਉਂਕਿ ਆਜ਼ਾਦੀ ਤੋਂ ਬਾਅਦ ਜਾਂ ਜਦੋਂ ਪੰਜਾਬ ਬਣਿਆ, ਜੋ ਵੀ ਆਇਆ ਉਹਨੇ ਪੰਜਾਬ ਨੂੰ ਲੁੱਟਣ ਦਾ ਕੰਮ ਹੀ ਕੀਤਾ। ਉਹ ਆਏ 5 ਸਾਲ ਲੁੱਟ ਕੇ ਚਲੇ ਜਾਂਦੇ ਸੀ, ਲੋਕ ਉਮੀਦ ਕਰ ਲੈਂਦੇ ਸੀ ਅੱਜ ਜਿਹੜੇ ਨਵੇਂ ਆਉਣਗੇ ਉਹ ਵਧੀਆ ਹੋਣਗੇ, ਉਹ ਉਹਨਾਂ ਤੋਂ ਹੀ ਵੱਧ ਲੁਟੇਰੇ ਨਿਕਲਦੇ ਸੀ, ਲੋਕ ਕਹਿੰਦੇ ਇਹਨਾਂ ਨਾਲ ਤਾਂ ਉਹੀ ਚੰਗੇ ਨੇ, ਉਹ ਫਿਰ ਦੁਬਾਰੇ ਉਹੀ ਆ ਜਾਂਦੇ ਸੀ, ਲੋਕਾਂ ਕੋਲ ਕੋਈ ਰਾਹ ਨਹੀਂ ਸੀ, ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ, ਦੂਜੇ ਤੋਂ ਉਦੋਂ ਵੱਧ ਦੁਖੀ ਹੋ ਕੇ ਫਿਰ ਪਹਿਲੇ ਕੋਲੇ। ਪਰਮਾਤਮਾ ਨੇ ਇੱਕ ਰਾਹ ਬਣਾਇਆ, ਸੱਚੇ ਸੁੱਚੇ ਲੋਕਾਂ ਦੀ ਇੱਕ ਪਾਰਟੀ ਬਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ, ਦੇਸ਼ ਭਗਤ ਲੋਕਾਂ ਦੀ ਇੱਕ ਪਾਰਟੀ ਬਣੀ, ਰਾਮਲੀਲਾ ਗਰਾਊਂਡ ਦੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੂਵਮੈਂਟ 'ਚੋਂ ਨਿਕਲੀ ਪਾਰਟੀ, ਉਹਦਾ ਨਾਮ ਵੀ ਆਮ ਆਦਮੀ ਪਾਰਟੀ, ਅਤੇ ਚੋਣ ਨਿਸ਼ਾਨ ਵੀ ਉਹ ਹੈ
ਜਿਹੜਾ ਗਰੀਬਾਂ ਦਾ ਰੋਜ਼ੀ ਰੋਟੀ ਦਾ ਸਾਧਨ ਵੀ ਹੈ ਝਾੜੂ, ਅਤੇ ਨਾਲ ਨਾਲ ਸਫਾਈ ਵੀ ਕਰਦਾ ਹੈ। ਸੋ ਤੁਸੀਂ 2022 ਦੇ ਵਿੱਚ ਐਸੀ ਸਫਾਈ ਕੀਤੀ ਕਿ ਅੱਜ ਤੱਕ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਲੀਡਰ, ਬਾਦਲ ਕੇ, ਕੈਪਟਨ ਕੇ, ਮਜੀਠੀਏ ਕੇ, ਕੈਰੋਂ ਹੋਰੀ, ਨਵਜੋਤ ਸਿੱਧੂ ਹੋਰੀ, ਭੱਠਲ, ਮਲੂਕਾ, ਐਸਾ ਝਾੜੂ ਫੇਰਿਆ ਕਿ ਅੱਜ ਤੱਕ ਉਹਨਾਂ ਨੇ 2022 ਤੋਂ ਬਾਅਦ ਆਪਦੇ ਘਰੇ ਝਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਾਇਆ ਕਰੋ, ਝਾੜੂ ਨਾ ਦਿਖਾਇਆ ਕਰੋ। ਸਾਨੂੰ ਸਾਨੂੰ ਦਿਲ ਨੂੰ ਘਾਉ ਮਾਉ ਜਿਹਾ ਹੁੰਦਾ ਝਾੜੂ ਦੇਖ ਕੇ, ਠੀਕ ਜਿਹਾ ਲੱਗਦਾ ਸਾਨੂੰ। ਪੋਚੇ ਲਾਉਣ ਲਾ ਦੇ ਤੁਸੀਂ, ਇਹ ਮੰਨ ਬੈਠੇ ਹੰਕਾਰ ਜੇ ਸੀਗੇ ਕਿ ਸਾਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ, ਬਸ ਅਸੀਂ ਹੋਣੇ ਹੁੰਦੇ ਹਾਂ, ਬਸ ਕਰ ਲਓ, ਸਾਡਾ ਕੀ ਕਰਨਾ। ਮਜ਼ਾਕ ਕਰਦੇ ਸੀ ਸਾਨੂੰ, ਮਜ਼ਾਕ ਵੀ ਇਹ ਕਿੱਧਰੋਂ ਆ ਗਏ, ਲੈ ਇਹ ਕੋਈ ਪਾਰਟੀ ਹੈ, ਲੈ ਇਹਨਾਂ ਨੂੰ ਸਰਕਾਰ ਥੋੜ੍ਹੀ ਚਲਾਉਣੀ ਆਉਂਦੀ ਹੈ, ਇਹ ਤਾਂ ਅਸੀਂ ਚਲਾਉਂਦੇ ਹੁੰਦੇ ਹਾਂ। ਜਦੋਂ ਮੈਂ 2014 ਚ ਸੰਗਰੂਰ ਤੋਂ MP ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾ ਤੇ ਆਪਣੇ ਆਮ ਆਦਮੀ ਪਾਰਟੀ ਵੱਲੋਂ, ਮਜ਼ਾਕ ਕਰਦੇ ਸੀ ਮੈਨੂੰ। ਸੁਖਦੇਵ ਸਿੰਘ ਢੀਂਡਸਾ ਸੀ ਉਸ ਵੇਲੇ ਖੜਾ ਮੇਰੇ ਵਿਰੁੱਧ, ਅਕਾਲੀ ਦਲ ਦਾ ਵੱਡਾ ਲੀਡਰ, ਉਹ ਕਹਿੰਦਾ ਇੱਕ ਸਟੇਜ ਤੇ, ਕਹਿੰਦਾ ਅੱਜ ਮੈਂ ਆਉਂਦਾ ਸੀ ਇੱਕ ਕੰਧ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ, ਭਗਵੰਤ ਮਾਨ ਦੀ ਐ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ, ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ। ਮੈਂ ਕਿਹਾ ਫਿਰ ਢੀਂਡਸਾ ਸਾਹਿਬ 30 April ਨੂੰ ਵੋਟਾਂ ਪੈਣਗੀਆਂ, ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲਓ, ਜਦੋਂ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰੀ ਉਮਰ। ਐਂ ਮਜ਼ਾਕ ਕਰਦੇ ਸੀ ਆਪਾਂ, ਰੋਂਦੇ ਨਾ ਹੁਣ, ਪਹਿਲਾਂ 14 'ਚ ਬਾਪੂ, 19 'ਚ ਪੁੱਤ, ਘਰੇ ਬਿਠਾ ਤਾ, ਪਬਲਿਕ ਨੇ ਬਿਠਾਏ ਨੇ, ਮੈਂ ਨਹੀਂ ਬਿਠਾਏ ਪਬਲਿਕ ਨੇ। ਇਹਨਾਂ ਨੂੰ ਐਂ ਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ, ਜੇ ਹਾਰ ਜੀ ਅਸੀਂ ਰਾਜ ਸਭਾ ਚਲੇ ਜਾਂਦੇ ਹੁੰਦੇ ਹਾਂ, ਉਧਰ ਜਾਂਦੇ ਹਾਂ, ਫਿਰ ਉਧਰ ਦੀ ਚੋਰ ਮੋਰੀ ਬਣਾ ਰੱਖੀ ਉਧਰ ਦੀ। ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ, ਓਏ ਮੈਂ ਜਾ ਕੇ ਆਉਣਾ ਲੋਕਾਂ 'ਚ ਰੋਜ਼, ਓਏ ਲੋਕ ਮੁੱਠੀਆਂ 'ਚ ਥੁੱਕੀ ਫਿਰਦੇ ਨੇ, ਬੱਦਲਬਾਈ ਠੀਕ ਨਹੀਂ ਹੈਗੀ, ਤੁਸੀਂ ਨਾ ਜਿੱਦ ਕਰੋ, ਲੋਕ ਹੋਰ ਸੋਚੀ ਫਿਰਦੇ ਨੇ, ਤੁਸੀਂ ਨਾ ਜੀ। ਕਹਿੰਦੇ ਭਗਵੰਤ ਮਾਨ ਨੂੰ ਤਾਂ ਸੁਣਨ ਆਉਂਦੇ ਨੇ, ਵੋਟਾਂ ਥੋੜ੍ਹੀ ਪਾਉਂਦੇ ਨੇ, ਜਦੋਂ 2.5-2.5 ਲੱਖ 'ਤੇ ਸਿੱਟੇ ਕਹਿੰਦੇ ਹਾਂ ਯਾਰ ਵੋਟਾਂ ਵੀ ਪਾਉਂਦੇ ਨੇ। ਇਹਨੂੰ ਯਕੀਨ ਹੀ ਨਹੀਂ ਆਇਆ ਇਹਨਾਂ ਨੂੰ, ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ, ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ। ਕੋਈ ਇਸ ਗੱਲ 'ਤੇ ਨਹੀਂ ਕਿ ਅਸੀਂ ਹਾਰ ਕੇ ਜਾਂ, ਬਸ ਇਸ ਗੱਲ 'ਤੇ ਦੁੱਖ ਹੈ ਕਿ ਆਮ ਘਰਾਂ ਦੇ ਮੁੰਡੇ, ਆਮ ਘਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ 'ਤੇ ਕਿਉਂ ਬਹਿ ਗਏ, ਇਹਨਾਂ ਕੁਰਸੀਆਂ 'ਤੇ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਸੀ, ਆਹ ਪਾਵੇ ਇਹਨਾਂ ਨੂੰ, ਬਸ ਆਹ ਦੁੱਖ ਹੈ ਇਹਨਾਂ ਨੂੰ ਬਸ ਕਿ ਆਮ ਘਰਾਂ ਦੇ ਮੁੰਡੇ ਕਿਉਂ ਬਣ ਗਏ। ਤੁਹਾਡੇ 'ਚੋਂ ਵੀ ਹਜੇ ਬਣਨੇ, ਹੋਰ ਬਣਨੇ ਅੱਜ ਤਾਂ। ਆਮ ਆਦਮੀ ਪਾਰਟੀ ਹੈ, ਆਮ ਆਦਮੀਆਂ ਨੂੰ ਮੌਕਾ ਦਿੰਦੀ ਹੈ, ਜਿਹੜਾ ਮਿਹਨਤ ਕਰੂਗਾ ਆ ਜਾਓ ਅੱਗੇ। ਚੇਅਰਮੈਨ ਲਾਏ ਨੇ ਬਹੁਤ ਸਾਰੇ ਮੁੰਡੇ, ਹੁਣ ਨਵੇਂ ਯੰਗ ਮੁੰਡੇ ਕਰੋ ਵੀ ਕੀ ਗੱਲ, ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ 'ਤੇ ਬਹਿਣਾ ਨਹੀਂ ਹੁੰਦਾ, ਇਹਨਾਂ ਦੇ ਧੀਆਂ ਪੁੱਤੀ ਬਹਿ ਸਕਦੇ ਆ, ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ, ਬਸ ਇਹ ਬਦਲਾਅ। ਹਸਪਤਾਲ ਬਣਾ ਲਾਂਗੇ, ਸਕੂਲ ਬਣਾ ਦਿਆਂਗੇ ਸ਼ਾਨਦਾਰ, ਬਿਜਲੀ ਜਿੰਨੀਆਂ ਸਹੂਲਤਾਂ, ਸੜਕਾਂ ਸਭ ਮਿਲਣਗੀਆਂ, ਬਸ ਚੰਗੀ ਨੀਅਤ ਵਾਲੇ ਬੰਦੇ ਚੁਣਦੇ ਰਹੋ, ਬਸ
ਇਦੋਂ ਪਹਿਲਾਂ ਵਾਲਿਆਂ ਦੀਆਂ ਨੀਤਾਂ ਮਾੜੀਆਂ ਸੀ। ਬੜਾ ਕੁਛ ਸਮਾਨ ਨਿਕਲ ਰਿਹਾ, ਆਉਣ ਵਾਲੇ ਦਿਨਾਂ 'ਚ ਤੁਸੀਂ ਧਮਾਕੇ ਦੇਖੋਗੇ। ਵਾਹ, ਆਪਦੇ ਆਪ ਨੂੰ ਖਾਨਦਾਨੀ ਕਹਾਉਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ, ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ, ਆਪਦੇ ਘਰਾਂ ਵਾਸਤੇ, ਆਪਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ। ਸਮਾਨ ਕੱਢ ਰਹੇ ਹਾਂ, ਦੋ ਚਾਰ ਦਿਨਾਂ 'ਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਹੋਇਆ। ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ। ਜਦੋਂ ਸਾਰੇ MLA ਦੀਆਂ ਪੈਨਸ਼ਨਾਂ, 6-6 ਪੈਨਸ਼ਨਾਂ ਕਈ ਲੈਂਦੇ ਸੀ, 6 ਪੈਨਸ਼ਨਾਂ ਜਦੋਂ MLA ਬਣ ਜੇ ਨਾ ਇੱਕ ਪਹਿਲੀ ਵਾਰ, 75,000 ਰੁਪਈਆ ਉਹਦੀ, ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ, ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ, 75,000 ਰੁਪਈਆ ਉਹਦੀ ਪੈਨਸ਼ਨ ਸਾਰੀ ਉਮਰ ਦੀ। ਜੇ ਉਹ ਦੋ ਵਾਰੀ MLA ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ। ਫਰਜ਼ ਕਰ ਲਓ ਉਹ 5 ਵਾਰੀ MLA ਬਣ ਗਿਆ ਤੇ 6ਵੀਂ ਵਾਰੀ ਜਾਂ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ 5 ਵਾਰ ਵਾਲੇ? 3.25 ਲੱਖ। ਬਾਦਲ ਸਾਹਿਬ 8 ਵਾਰੀ ਜਿੱਤੇ, ਐਤਕੀ ਹਾਰ ਗਏ। ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ? 4.25 ਲੱਖ। ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲਣਗੇ। 4.25 ਲੱਖ ਪੈਨਸ਼ਨ ਯਾਰ, ਹਰ ਵਾਰ ਦੀ ਪੈਨਸ਼ਨ ਹਰ ਅੱਗ। ਲੋਕ ਤਨਖਾਹ ਨੂੰ ਤਰਸ ਜਾਂਦੇ, ਲੋਕ ਬੁਢਾਪਾ ਪੈਨਸ਼ਨ ਨੂੰ ਤਰਸ ਜਾਂਦੇ। ਆਉਣ ਸਾਰ ਮੈਂ ਤਾਂ ਕਿ ਸਿੱਧਾ ਕਹਿਤਾ, ਇੱਕ ਮਿਲੂਗੀ ਲੈਣੀ ਹੈ, ਲਓ ਨਹੀਂ ਮੈਂ ਇਹਦੇ ਵੀ ਕਾਟਾ ਮਾਰ ਦੂੰ। ਕਹਿੰਦੇ ਚਲੇ ਨਾ, ਇੱਕ ਤਰ੍ਹਾਂ ਇੱਕ ਤਰ੍ਹਾਂ। ਮੈਂ ਕਿਹਾ ਊਂ ਤਾਂ ਹੱਥ ਬੰਨ ਕੇ ਜਾਂਦੇ ਹੋ ਲੋਕਾਂ 'ਚ, ਸੇਵਾ ਦਾ ਮੌਕਾ ਦਿਓ ਜੀ, ਤੇ ਸੇਵਾ ਦੀ ਪੈਨਸ਼ਨ ਥੋੜ੍ਹੀ ਹੁੰਦੀ ਹੈ? ਸੇਵਾ ਦੀ ਪੈਨਸ਼ਨ ਮਿਲੀ ਕਦੇ? ਊਂ ਤਾਂ ਕਹਿੰਦੇ ਰਾਜ ਨਹੀਂ ਸੇਵਾ, ਊਂ 5-5 ਲੱਖ ਪੈਨਸ਼ਨ ਲੈਣੀਆਂ ਨੇ। ਆਉਣ ਸਾਰ ਕੀਤਾ ਕੰਮ, ਉਦੋਂ ਬਾਅਦ ਇਹਨਾਂ ਨੂੰ ਐਂ ਲੱਗਿਆ ਵੀ ਇਹ ਤਾਂ ਆਰਾ ਧਰ ਲਿਆ ਨੇ ਤਾਂ ਹੁਣ। ਮੈਂ ਕਿਹਾ ਆ ਜਾਓ ਫਿਰ। ਹੁਣ ਤੱਕ ਅਸੀਂ 11,000 ਏਕੜ ਦੇ ਲਗਭਗ ਜ਼ਮੀਨ, ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ, ਜਾਂ ਪੋਲੀਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ, ਜਾਂ ਲੀਡਰਾਂ ਤੋਂ ਸਰ ਜਿਹੜੀ ਸ਼ਾਮਲਾ ਟਾਈਮ ਜ਼ਮੀਨ ਛੱਡਵਾ ਚੁੱਕੇ ਹਾਂ। 11,000 ਏਕੜ ਦੱਬ ਰੱਖੀ। ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ, 45 ਬਣਾਉਣੇ ਨੇ, 37 ਮਹੀਨੇ ਬਸ, ਅਗਲੇ ਆਉਣ ਵਾਲੇ ਦਿਨਾਂ 'ਚ ਹੋਰ ਕਰ ਦਿਆਂਗੇ ਪੂਰੇ। ਬਜਟ ਆਊਗਾ, ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ 'ਤੇ ਕੋਈ ਭਾਰ ਨਾ ਪਵੇ। ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ, ਜੇ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ। ਜਿੰਨਾ ਟੈਕਸ ਤੁਸੀਂ ਦਿੰਦੇ ਹੋ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜੇ, ਪਹੁੰਚ ਕੇ ਲੱਗ ਜੇ ਪਬਲਿਕ ਦੇ। MP ਸਾਹਿਬ ਸਾਡੇ, ਉਹਨਾਂ ਦਾ 5 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ। ਸਾਡੇ ਰਾਜ ਸਭਾ ਦੇ MP ਨੇ, ਉਹਨਾਂ ਦਾ 5-5 ਕਰੋੜ ਰੁਪਏ ਇੱਕ ਸਾਲ ਦਾ। ਉਹ ਤਾਂ ਸਾਰੇ ਪੰਜਾਬ 'ਚ ਦੇ ਸਕਦੇ ਨੇ, ਜਿਹੜਾ MP ਹੈ ਲੋਕ ਸਭਾ ਦਾ ਉਹ ਤਾਂ ਆਪਦੇ ਹਲਕੇ 'ਚ ਦੇ ਸਕਦਾ, ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ 'ਚ ਦੇ ਸਕਦਾ। ਸੋ ਅਸੀਂ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਆ ਚੀਜ਼ ਰਹਿ ਗਈ ਅਤੇ ਲੋਕਾਂ ਨੂੰ ਸਹੂਲਤ ਨਹੀਂ ਮਿਲੀ। ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਕਿਉਂਕਿ ਇਤਿਹਾਸਕ ਸ਼ਹਿਰ ਹੈ, ਵੀਰਵਾਰ ਨੂੰ ਮੇਲੇ ਲੱਗਦੇ ਹੈ ਫਕੀਰਾਂ ਦੇ, ਐਤਵਾਰ ਨੂੰ ਬਹੁਤ ਰਸ਼ ਹੁੰਦਾ, 1,00,000 ਦੇ ਕਰੀਬ ਬੰਦਾ ਆਉਂਦਾ, ਮੈਨੂੰ ਦੱਸਿਆ ਮੈਡਮ MLA ਸਾਹਿਬਾਂ ਨੇ।
ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ ਤੇ ਨਾਲ ਉਹਨਾਂ ਨੂੰ ਵਾਹਨ ਅੱਜ ਵੀ 410 ਸਕੋਰਪੀਓ ਗੱਡੀਆਂ ਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ ਚ ਪੰਜਾਬ ਪੁਲਿਸ ਨੂੰ ਦੇ ਕੇ ਆਏ। ਨਵੀਆਂ SHO ਨੂੰ ਮਿਲਣਗੀਆਂ ਉਹ ਜਿਹੜੀਆਂ ਗੱਡੀਆਂ ਮਿਲਣਗੀਆਂ। ਜਦੋਂ ਮੈਨੂੰ ਕਹਿੰਦੇ ਜੀ 410 ਗੱਡੀਆਂ ਨੇ, ਮੈਂ ਕਿਹਨੂੰ ਦੇਣੀਆਂ? ਕਹਿੰਦੇ ਪੁਲਿਸ ਨੂੰ। ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀਆਂ ਨੇ? ਮੈਂ ਕਿਹਾ SHO ਨੂੰ ਦਿਓ ਨਵੀਂ ਗੱਡੀ, ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮਗਰ। ਕੋਈ ਸਮਗਲਰ ਆ ਗਿਆ, ਕੋਈ ਗੋਲੀ ਚਲਾ ਕੇ ਭੱਜ ਗਿਆ, ਕੋਈ ਚੈਨੀ ਖੋ ਕੇ ਭੱਜ ਗਿਆ, ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ SHO ਨੂੰ। ਇਹ ਕੀ ਕਰਦੇ ਸੀ, ਗੱਡੀ ਪਹਿਲਾਂ ਤੁਹਾਂ SP ਨੂੰ ਦੇ ਦਿੰਦੇ ਸੀ, ਉਹ ਖਚੜਾ ਜੀ ਕਰਕੇ DSP ਨੂੰ ਫੜਾ ਦਿੰਦਾ ਸੀ, ਉਹ ਹੋਰ ਰੱਚੜ ਜੀ ਕਰਕੇ ਅੱਗੇ ਥੱਲੇ ਹੋਰ ਥੋੜੇ ਅਫਸਰ ਨੂੰ। ਜਦੋਂ ਤੱਕ SHO ਕੋਲ ਗੱਡੀ ਪਹੁੰਚਦੀ ਸੀ, ਚਾਰ ਬੰਦੇ ਤੱਕ ਲਾਉਂਦੇ ਸੀ, ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ, ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ, ਪਤਾ ਹੀ ਨਹੀਂ ਲੱਗਦਾ ਕੀ ਹੈ ਉਹ। ਮੈਂ ਕਿਹਾ ਗੱਡੀਆਂ ਨਵੀਆਂ ਇੱਧਰੋਂ ਤਹਾਂ ਨੂੰ ਦੇਣੀਆਂ ਸ਼ੁਰੂ ਕਰੋ। ਉਹਨਾਂ ਨੇ ਆਪਦੇ ਆਪਦੀਆਂ ਮੈਂ ਸਮੂਸਾ ਵਾਸਤੇ ਰੱਖੇ ਹੁੰਦੇ ਸੀ ਗੱਡੀਆਂ ਵੱਡੇ ਅਫਸਰਾਂ ਨੇ, ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖੀ ਗੱਡੀ। ਮੈਂ ਕਿਹਾ ਇਹ ਕੰਮ ਬੰਦ ਕਰੋ, ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀਆਂ। ਅੱਜ 410 ਗੱਡੀਆਂ ਜਿਹੜੀਆਂ ਦੇ ਕੇ, ਤਾਂ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀਏ, ਤੁਹਾਨੂੰ ਸੁਖੀ ਜੀਵਨ ਬਤੀਤ ਹੋਣ ਕਰਨ ਦਾ ਮੌਕਾ ਮਿਲੇ। ਸਰਕਾਰਾਂ ਦਾ ਇਹੀ ਕੰਮ ਹੁੰਦਾ, ਹੋਰ ਕੀ ਹੁੰਦਾ? ਸਰਕਾਰਾਂ ਦਾ ਕੰਮ ਲੁੱਟਣਾ ਥੋੜ੍ਹੀ ਹੁੰਦਾ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ, ਲਿਆਓ ਵੀ ਇੱਧਰਲੇ ਪਾਸੇ ਵੀ ਲਿਆਓ ਵੀ ਇੱਧਰਲੇ ਪਾਸੇ ਵੀ ਲਿਆਓ ਵੀ, ਗੱਲ ਬਾਤ ਨਹੀਂ ਯਾਰ। ਇਦੋਂ ਪਹਿਲਾਂ ਇੱਦਾਂ ਕਰਦੇ ਰਹੇ। ਉਹ ਕੈਪਟਨ ਸਾਹਿਬ ਨੇ ਕੁੰਡਾ ਹੀ ਨਹੀਂ ਖੋਲਿਆ, ਉਹਨਾਂ ਨੇ ਮਹਿਲ ਦਾ ਕੁੰਡਾ ਹੀ ਨਹੀਂ ਖੋਲਿਆ 5 ਸਾਲ। ਆਮ ਬੰਦਿਆਂ ਵਾਸਤੇ ਤਾਂ ਛੱਡੋ, ਆਪਦੇ MLA ਵਾਸਤੇ ਨਹੀਂ ਖੋਲਿਆ ਕੁੰਡਾ, ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ, ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ। 2022 ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ। ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ, ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ, ਕੌਣ ਕਰਕੇ? ਕਹਿੰਦੇ ਲੋਕ ਕਰਕੇ। ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ, ਲੋਕ ਤੁਹਾਡੇ ਕੋਲ ਕਿਉਂ ਆਉਣਗੇ? ਵੀ ਠੇਕਾ ਲਿਆ ਤੁਹਾਡਾ, ਰਜਿਸਟਰੀ ਕਰਾਈਏ। ਸੋ ਇਸ ਕਰਕੇ ਮੈਂ ਤਾਂ ਇਸ ਗੱਲ ਦਾ ਪਹਿਲਾਂ ਕੈਸਾ ਸੀੜੀਆਂ 'ਚ ਵੀ ਕਰਦਾ ਸੀ, ਸਿਸਟਮ 'ਤੇ ਸਟਾਇਰ ਕਰਦਾ ਸੀ ਕਿ ਆਪਣਾ ਸਿਸਟਮ ਜਿਹੜਾ ਠੀਕ ਹੋਣਾ ਚਾਹੀਦਾ। ਸਿਸਟਮ ਠੀਕ ਹੋ ਗਿਆ, ਸਾਰਾ ਕੁਝ ਠੀਕ ਹੋ ਜੂਗਾ। ਤੁਹਾਡਾ ਇਲਾਕਾ NRI ਇਲਾਕਾ, ਜ਼ਿਆਦਾਤਰ ਬਹੁਤ ਸਾਰੇ ਲੋਕ ਬਾਹਰ ਮੈਨੂੰ ਮਿਲਦੇ ਵੀ ਨੇ, ਦੋਸਤ ਵੀ ਨੇ, ਬਹੁਤ ਇਲਾਕਾ ਤੁਹਾਡਾ ਬਾਹਰ ਗਿਆ। ਤੁਸੀਂ ਪੁੱਛ ਲਓ ਜਾ ਕੇ ਉੱਥੇ ਕਿਉਂ ਜਾਂਦੇ ਹਾਂ ਆਪਾਂ, ਕਿਉਂਕਿ ਸਿਸਟਮ ਹੈ ਉਹਨਾਂ ਕੋਲ। ਉਹ ਉੱਥੇ ਜਿਹੜਾ ਅਮੀਰ ਹੈ ਉਹਨੂੰ ਵੀ ਰੋਟੀ ਮਿਲਦੀ ਹੈ, ਜਿਹੜਾ ਗਰੀਬ ਹੈ ਉਹਨੂੰ ਵੀ ਉਹਦੇ ਬਰਾਬਰ ਦੀ ਰੋਟੀ ਮਿਲਦੀ ਹੈ। ਉੱਥੇ ਕੰਮ ਕਰਨਾ ਪੈਂਦਾ ਸਭ ਨੂੰ। ਜਦੋਂ ਮਰਜ਼ੀ ਤੁਸੀਂ ਫੋਨ ਕਰ ਲਿਓ, ਕਿੱਥੇ ਹੋ? ਕੰਮ 'ਤੇ ਹਾਂ। ਕਿੱਥੇ ਹੋ? ਕੰਮ ਤੋਂ ਆ ਰਹੇ ਹਾਂ। ਹੁਣ ਕਿੱਥੇ ਹੋ? ਕੰਮ 'ਤੇ ਜਾ ਰਹੇ ਹਾਂ। ਸੋ ਇੱਥੇ ਆਪਣੇ ਕੀ ਕਰਤਾ ਸੀ ਹਾਲਾਤ, ਇਹਨਾਂ ਨੇ ਨੌਜਵਾਨਾਂ ਨੂੰ ਮੰਜ਼ਿਲ ਲੈਸ, ਏਮਲੈਸ ਬਣਾਤਾ ਸੀ, ਕੋਈ ਮੰਜ਼ਿਲ ਨਹੀਂ। ਹੁਣ ਨੌਜਵਾਨ ਮੁੰਡੇ ਵਧੀਆ ਪੱਗ ਪੁੱਗ ਬੰਨ ਕੇ ਜਾ ਜੇ, ਵਧੀਆ ਜੈਲ ਜੁਲ ਲਾ ਲਈ, ਉਹ ਤੋਂ ਬਾਅਦ ਗੱਡੀ ਵੀ ਸਟਾਰਟ ਕਰ ਲਈ, ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਘਰੋਂ, ਬੈਕ ਗੇਅਰ ਪਾ ਕੇ ਕਲੱਚ ਛੱਡਤਾ, ਗੱਡੀ ਬੈਕ ਹੋਣ ਲੱਗ ਗਈ। ਉਦੋਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਹੈ। ਫਿਰ ਫੋਨ ਕਰਦੇ ਸੀ, ਗੁਰਮੇਲ ਕਿੱਥੇ ਹੈ? ਇੱਧਰ ਇੱਧਰ ਹੀ ਬੈਠਾ, ਚੱਲ ਮੈਂ ਆਇਆ ਤੇਰੇ ਕਰੀ ਇੱਧਰ। ਉਹ ਆ ਗਿਆ, ਤੂੰ ਕਿੱਥੇ? ਚੱਲੀਏ ਭੂਆ ਦੇ ਮੁੰਡੇ ਦਾ ਵਿਆਹ, ਕਿੱਥੇ? ਕਾਰਡ ਦੇਣ ਜਾਣਾ ਹੈ ਉੱਧਰ ਸੁਲਤਾਨਪੁਰ ਲੋਧੀ ਕਨੀ, ਚੱਲ ਚੱਲੀਏ ਚੱਲ ਚੱਲ। ਸੂਰਜ ਛਪਾਉਂਦੇ ਫਿਰਦੇ ਰਹਿੰਦੇ ਸੀ ਬਸ। ਹੁਣ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ। ਕੱਲ੍ਹ ਪਰਸੋਂ ਤੁਸੀਂ ਦੇਖਿਆ ਹੋਣਾ ਸਮਾਗਮ, ਪਰਸੋਂ 457 ਜਿਹੜੀ ਨੌਕਰੀ ਦਿੱਤੀ, ਉਹ ਤੋਂ ਬਾਅਦ 40,000 ਤੋਂ ਬਾਅਦ ਸਰਕਾਰੀ ਨੌਕਰੀਆਂ ਹੋ ਗਈਆਂ ਜੀ, 40,000। ਕੋਈ ਪਟਵਾਰੀ ਲੱਗ ਗਿਆ, ਕੋਈ SDO ਲੱਗ ਗਿਆ, ਕੋਈ ਪੁਲਿਸ ਦੇ ਵਿੱਚ
ਇੰਸਪੈਕਟਰ ਮੁੰਡੇ ਕੁੜੀਆਂ ਸਭ ਨੂੰ ਨੌਕਰੀ ਮਿਲ ਰਹੀ ਹੈ, ਆ ਨੌਕਰੀ ਮਿਲ ਰਹੀ ਹੈ ਸਿਰਫ ਨੰਬਰਾਂ ਤੇ ਆਧਾਰਿਤ, ਕੋਈ ਸਿਫਾਰਿਸ਼ ਨਹੀਂ। ਇੱਕ ਬੰਦਾ ਖੜਾ ਹੋ ਕੇ ਕਹਿੰਦੇ ਪੰਜਾਬ ਚੋਂ ਕਿ ਆਹ ਨੌਕਰੀ ਲੈਣ ਲਈ ਮੈਨੂੰ ਇੱਕ ਰੁਪਇਆ ਦੇਣਾ ਪੈ ਗਿਆ ਜਾਂ ਮੈਨੂੰ ਸਿਫਾਰਿਸ਼ ਲਵਾਉਣੀ ਪੈ ਗਈ। ਲਓ ਜਾਂ ਕੋਈ ਇਹੋ ਜਿਹਾ ਮੁੰਡਾ ਕੁੜੀ ਹੋ ਜਾਏ ਕਿ 700 ਨੰਬਰਾਂ ਦਾ ਪੇਪਰ ਸੀ ਮੇਰੇ 680 ਆਏ ਸੀ, 550 ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਉਹਦਾ ਕਿਸੇ ਮੰਤਰੀ ਨਾਲ ਜਾਂ MLA ਨਾਲ ਪਿਆਰ ਸੀ ਉਹਦੇ ਬਾਪੂ ਦਾ ਅਤੇ ਉਹ ਲਵਾ ਗਿਆ ਸਿਫਾਰਿਸ਼ ਨੂੰ। ਲਓ ਇੱਦਾਂ ਨਹੀਂ ਹੋਊਗਾ। ਭਾਵੇਂ ਇੱਕ ਘਰ 'ਚ ਤਿੰਨ ਕਰ ਲਓ, ਇੱਕ ਘਰ 'ਚ ਦੋ ਦੋ ਵੀ ਨੌਕਰੀਆਂ ਮਿਲੀਆਂ ਨੇ, ਦੋਨੇ ਭੈਣ ਭਾਈਆਂ ਨੇ ਪੜ੍ਹਾਈ ਕੀਤੀ, ਦੋਨਾਂ ਦਾ ਨਾਮ ਆ ਗਿਆ, ਮੈਰਿਜ ਦੋ ਦੇ ਦੇਣ। ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਇਸ ਇਤਿਹਾਸਿਕ ਧਰਤੀ 'ਤੇ ਕਿ ਬਹੁਤ ਸਾਰਾ ਕੁਛ ਦੱਸਤਾ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ, ਸਾਡੇ ਵੱਲੋਂ ਤਾਂ ਕੋਈ ਅਸੀਂ ਕਮੀ ਨਹੀਂ ਰੱਖਾਂਗੇ ਤੁਹਾਡੀ ਸੇਵਾ 'ਚ। ਬਾਕੀ ਤੁਹਾਡੇ ਤੁਸੀਂ ਕਿਹੜਾ ਕੋਈ ਰੱਖੀ ਹੈ, ਜੇ ਤੁਸੀਂ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਤਾਂ ਫਿਰ ਸਾਡਾ ਕੰਮ ਵੀ ਤਾਂ ਫਿਰ ਦਿਲ ਖੋਲ੍ਹ ਕੇ ਹੋਣਾ ਚਾਹੀਦਾ। ਇੱਕ ਹੋਰ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਆਮ ਆਦਮੀ ਪਾਰਟੀ ਸਰਕਾਰ ਤੁਹਾਡੇ ਦੁਆਰ, ਮੈਂ ਪਹਿਲੇ ਦਿਨ ਨੂੰ ਕਿਹਾ ਜੀ, ਕਹਿੰਦਾ ਸੀ ਯਾਰ ਵੋਟਾਂ ਤੋਂ ਪਹਿਲਾਂ ਵਾਲੇ ਭਾਸ਼ਣ 'ਚ ਵੀ ਕਹਿੰਦਾ ਸੀ ਵੀ ਆਹ ਦਫ਼ਤਰਾਂ 'ਚ ਸਾਡੇ ਬਜ਼ੁਰਗ ਜਿਹੜੇ ਖੱਜਲ ਖੁਆਰ ਹੁੰਦੇ ਨੇ, ਖੱਜਲ ਖੁਆਰੀਆਂ ਖਤਮ ਕਰ ਦੂੰਗਾ। ਉੱਥੇ ਜਾ ਕੇ ਧੱਕੇ ਖਾਂਦੇ, ਪਾਤਰ ਸਾਹਿਬ ਦਾ ਸ਼ੇਰ ਹੈ, ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ, ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਪਿੰਡ 'ਚ ਕਹਿੰਦਾ ਕਹਾਉਂਦਾ ਜ਼ਿਮੀਦਾਰ ਹੁੰਦਾ, ਸ਼ਹਿਰ 'ਚ ਆ ਕੇ ਕੁਛ 84 ਵੀ ਝਿੜਕ ਦਿੰਦਾ, ਉਹ ਬੁੜਿਆ ਪਿੱਛੋ ਕਿੱਧਰ ਮੂੰਹ ਚੱਕਿਆ, ਰੋਜ਼ ਆ ਜਾਂਦੇ ਬੁੱਧਵਾਰ ਨੂੰ ਆਈ, ਸਾਹਿਬ ਹੈ ਨਹੀਂ ਵੀਰਵਾਰ ਨੂੰ ਆਈ, ਉਹ ਬੁੱਧਵਾਰ ਅਤੇ ਵੀਰਵਾਰ ਆਉਂਦੇ ਹੀ ਨਹੀਂ। ਅਸਲ 'ਚ ਬੁੱਧਵਾਰ ਅਤੇ ਵੀਰਵਾਰ ਨਹੀਂ ਹੁੰਦੇ, ਅਸਲ 'ਚ ਉਹਨਾਂ ਦਾ ਮਤਲਬ ਹੁੰਦਾ ਬੁੱਧਵਾਰ ਨੂੰ ਆਈ ਅਤੇ ਕੁਛ ਲਿਆਈ, ਜੇ ਨਹੀਂ ਲਿਆਂਦਾ ਫਿਰ ਵੀਰਵਾਰ ਨੂੰ ਆਈ ਪਰ ਕੁਛ ਲਿਆਈ। ਉਹ ਆਈ ਅਤੇ ਲਿਆਈ ਵਾਲਾ ਕੰਮ ਬੰਦ ਕਰਨ ਲੱਗਿਆ। ਹੁਣ ਤੁਹਾਡੇ ਪਿੰਡਾਂ 'ਚ ਪਿੰਡ ਬੋਲਾਂ ਪਿੱਪਲਾਂ ਥੱਲੇ ਪਿੱਪਲਾਂ ਥੱਲੇ ਆ ਕੇ ਤੁਹਾਡੀਆਂ ਰਿਸ਼ਤੀਆਂ ਹੋਣਗੀਆਂ, ਤੁਹਾਡੇ ਆਧਾਰ ਕਾਰਡ ਦੇ ਕੰਮ ਹੋਣਗੇ, ਤੁਹਾਡੇ ਜਾਤੀ ਸਰਟੀਫਿਕੇਟ, ਤੁਹਾਡੇ ਜਿਹੜਾ ਕੰਮ ਹੋਊਗਾ ਤੁਹਾਡੇ ਪਿੰਡ 'ਚ ਅਨਾਊਂਸਮੈਂਟ ਕਰਕੇ ਪਹਿਲਾਂ ਅਫਸਰ ਆਉਣਗੇ ਤੁਹਾਡੇ ਆਲੇ ਦੁਆਲੇ। ਮੈਂ ਕਿਹਾ ਵੀ ਕੁਰਸੀਆਂ ਛੱਡੋ, ਮੈਂ ਕਿੰਨਾ ਚਿਰ ਪਹਿਲਾਂ ਮੈਂ ਤਾਂ ਤੁਰੇ ਹੀ ਰਹਿੰਦਾ ਰੋਜ਼, ਕੁਰਸੀਆਂ 'ਤੇ ਬੈਠੇ ਰਹਿੰਦੇ ਐਡੇ ਐਡੀਆਂ ਕੁਰਸੀਆਂ ਨੇ, ਚਿੱਟੇ ਰੰਗ ਦੇ ਤੌਲੀਏ ਰੱਖ ਲੈਂਦੇ ਉੱਥੇ, ਤੌਲੀਏ ਪਤਾ ਨਹੀਂ ਕਾਹਦੇ ਵਾਸਤੇ ਰੱਖਦੇ ਹੈ ਨਾ, ਬੈਠੇ ਰਹਿੰਦੇ ਨੇ ਮਸਲ ਆਇਆ ਜੀ ਚਾਹ ਲਿਆ ਵੀ ਜੂਸ, ਲੋਕ ਤਾਂ ਨਹੀਂ ਹੈਗੇ, ਲੋਕ ਹੈਗੇ ਨੇ ਫਿਰ ਪਿਛਲੇ ਦਰਵਾਜ਼ੇ ਵੀ ਚੱਲੀਏ ਚਲੋ ਚਾਹ ਬਸ, ਲੋਕਾਂ ਤੋਂ ਮਿਲਣਾ ਹੀ ਨਹੀਂ, ਇਹ ਕਿਹੜੀ ਗੱਲ ਹੋ ਗਈ ਵੀ ਪਬਲਿਕ ਸਰਵੈਂਟ ਹੋ ਤੁਸੀਂ, ਲੋਕਾਂ ਦੇ ਸੇਵਕ ਹੋ ਤੁਸੀਂ, ਲੋਕਾਂ ਦੇ ਮਾਲਕ ਬਣ ਕੇ ਬਹਿ ਗਏ, ਇਹ ਨਹੀਂ ਹੋ ਸਕਦਾ ਲੋਕਤੰਤਰ 'ਚ। ਸੋ ਤੁਹਾਡੇ ਨਾਲ ਹਾਂ, ਤੁਹਾਡੇ ਵਰਗਿਆਂ ਐਂ ਰਹਾਂਗੇ, ਤੁਸੀਂ ਦੇਖ ਲਓ ਆਹ ਸਾਡੇ ਬੈਠੀ ਸਾਰੀ ਲੀਡਰਸ਼ਿਪ, ਮੈਡਮ ਥਿਆੜਾ ਬੈਠੇ ਨੇ, ਸਾਰੇ ਸਾਡੀ ਟੀਮ ਬੈਠੀ ਹੈ, ਕੋਈ ਲੱਗਦਾ ਤੁਹਾਨੂੰ ਵੀ ਪੋਲੀਟੀਕਲ ਬੈਕਗਰਾਉਂਡ ਵਾਲਾ ਕੋਈ, ਤੁਹਾਡੇ ਵਰਗੇ ਹਾਂ, ਤੁਹਾਡੇ ਘਰਾਂ 'ਚੋਂ ਨਿਕਲੇ ਹਾਂ, ਮੈਨੂੰ ਦੇਖ ਲਓ ਤੁਸੀਂ, ਇੱਕ ਆਮ ਪਿੰਡ 'ਚੋਂ ਉੱਠ ਕੇ ਕਲਾਕਾਰੀ 'ਚ ਆ ਕੇ ਤੁਸੀਂ ਬਹੁਤ ਪਿਆਰ ਦਿੱਤਾ, ਜੇ ਮੈਂ ਚਾਹੁੰਦਾ ਪੈਸੇ ਬਹੁਤ ਕਮਾਈ ਜਾਂਦਾ ਉੱਧਰ, ਮੈਨੂੰ ਵੀ ਲੋੜ ਸੀਗੀ ਪੰਗਾ ਲੈਣ ਦੀ ਇਹਨਾਂ ਨਾਲ, ਪਰ ਫਿਰ ਐਂ ਥੋੜ੍ਹੀ ਹੁੰਦਾ ਕਿ ਆਪਣੀਆਂ ਅੱਖਾਂ ਸਾਹਮਣੇ ਅਸੀਂ ਪੰਜਾਬ ਨੂੰ ਮਰਦਾ ਦੇਖੀ ਜਾਈਏ ਅਤੇ ਆਪ ਅਸੀਂ ਕੌਮੇਡੀ ਕੈਸਟਾਂ ਕੱਢੀ ਜਾਈਏ, ਹੱਸੂਗਾ ਕਿਵੇਂ, ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਚੁੱਲ੍ਹਿਆਂ 'ਚ ਅੱਗ ਮੱਚਦੀ ਹੋਵੇ, ਚੁੱਲ੍ਹਿਆਂ ਤੋਂ ਅੱਗ ਬੁਝੀ ਪਈ ਹੈ। ਇਸ ਕਰਕੇ ਆਏ ਪੰਜਾਬ ਦੀ ਰਾਜਨੀਤੀ 'ਚ ਵੀ ਚਲੋ ਜੇ ਇਹ ਨਹੀਂ ਚੱਜਦੇ ਨਿਕਲਦੇ ਚਲੋ ਆਪਾਂ ਹੀ ਕਰਕੇ ਦੇਖ ਲੈਂਦੇ ਹਾਂ, ਜੇ ਇਹ ਚੱਜਦੇ ਨਿਕਲੇ ਹੋਗੇ ਅਸੀਂ ਕੀ ਕਰਨ ਆਉਂਦੇ ਇੱਧਰ। ਅਰਵਿੰਦ ਕੇਜਰੀਵਾਲ IRS ਅਫਸਰ ਹੈ, ਇਨਕਮ ਟੈਕਸ ਦਾ ਕਮਿਸ਼ਨਰ ਹੈ, ਉਹਨਾਂ ਦੀ ਘਰ ਵਾਲੀ ਵੀ IRS ਅਫਸਰ ਹੈ, ਇਨਕਮ ਟੈਕਸ ਦੇ ਕਮਿਸ਼ਨਰ ਨੇ ਦੋਨੇ ਮੀਆਂ ਬੀਬੀ,
ਬੜੀ ਵਧੀਆ ਜ਼ਿੰਦਗੀ ਚਾਹ ਸਕਦੇ ਸੀ, ਉਹਨੂੰ ਕੀ ਲੋੜ ਸੀ ਇੱਥੇ ਆਲੋਚਨਾ ਕਰਾਉਣ ਦੀ? ਰੋਜ਼ ਗਾਲਾਂ ਕੱਢੀ ਜਾਂਦੇ ਰਹਿੰਦੇ ਉਹਨੂੰ, ਰੋਜ਼ ਈਡੀ ਦੇ ਸਾਹਮਣੇ ਆ ਜਾਂਦੇ ਆ, ਉਹਨੂੰ ਕੀ ਲੋੜ ਸੀ? ਲੋੜ ਤਾਂ ਸੀ, ਇਹ ਪਾਰਟੀਆਂ ਚੱਜਦੀਆਂ ਨਹੀਂ ਨਿਕਲੀਆਂ, ਇਹਨਾਂ ਨੇ ਬਰਬਾਦ ਕਰਕੇ ਰੱਖਤਾ ਮੁਲਕ ਦਾ, ਭੱਠਾ ਬਿਠਾ ਤਾ ਇਹਨਾਂ ਨੇ। ਅੰਗਰੇਜ਼ ਉਹਨਾਂ ਨਹੀਂ ਲੁੱਟ ਕੇ ਗਏ 200 ਸਾਲ ਜਿਹਨਾਂ ਸਾਡੇ ਵਾਲੇ 70 ਸਾਲ ਲੁੱਟੀ ਬੈਠੇ। ਅੰਗਰੇਜ਼ ਵੀ ਸ਼ਰਮਿੰਦਾ ਹੋਣਗੇ ਵੀ ਸਾਥੋਂ ਨਹੀਂ ਉਹਨਾਂ ਕੰਮ ਹੋਇਆ ਜਿੰਨਾ ਆਪ ਹੀ ਕਰੀ ਜਾਂਦੇ ਇਹ ਆਪਦਾ। ਫਿਰ 23-23 ਸਾਲ ਦੇ ਜਵਾਨ ਆ ਗਦਰੀ ਬਾਬੇ, ਬਿਲਕੁਲ ਗਦਰੀ ਬਾਬਿਆਂ ਦਾ, ਉਹ ਆਏ ਉੱਥੋਂ ਲੈ ਕੇ ਜਹਾਜ਼ਾਂ ਦੇ ਜਹਾਜ਼ ਭਰ ਕੇ। ਕਾਹਦੇ ਵਾਸਤੇ ਆਏ? ਆਜ਼ਾਦੀ ਲੈਣ ਵਾਸਤੇ, ਕਿ ਆ ਕੇ ਇੱਥੇ ਲੁੱਟੀ ਜਾਣਗੇ ਲੋਕਾਂ ਨੂੰ। ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ, ਕਰਤਾਰ ਸਿੰਘ ਸਰਾਭਾ 350 ਏਕੜ ਜ਼ਮੀਨ ਦਾ ਮਾਲਕ ਆ, ਸਰਾਭਾ ਪਿੰਡ ਹੈ ਲੁਧਿਆਣੇ ਦੇ ਜੜਾਂ 'ਚ। ਜੇ ਅੱਜ ਉਹਦੀ ਕੀਮਤ ਲਾਉਣੀ ਹੋਵੇ, ਜੀਰੋ ਲਿਖਣੀ ਆ, ਜੀਰੋ ਲਿਖਦੇ ਲਿਖਦੇ ਥੱਕ ਜਾਓਗੇ, ਇੰਨੀ ਕੀਮਤ ਹੈ। ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਪਾਇਲਟ ਦਾ ਕੋਰਸ ਕਰ ਲਿਆ ਸੀ ਅਤੇ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ। ਇਸ ਕਰਕੇ 19 ਸਾਲ ਦੀ ਉਮਰ 'ਚ ਫਾਂਸੀ ਚੜ੍ਹੇ ਸੀ ਵੀ ਆਹ ਦਿਨ ਦੇਖਣ, ਆਜ਼ਾਦੀ ਦਵਾਉਣੀ ਸੀ ਵੀ ਲੋਕਾਂ ਨੂੰ ਤੁਸੀਂ ਲੁੱਟੀ ਜਾਂਦੇ ਸੀ, ਕਦੇ ਦਫ਼ਤਰਾਂ 'ਚ ਲੁੱਟ ਲਏ, ਕਦੇ ਕਿਤੇ ਲੁੱਟ ਲਏ, ਸੜਕ 'ਤੇ ਜਿੱਥੇ ਪੁਲਿਸ ਨੇ ਨਾਕਾ ਲਾਇਆ, ਥੋੜ੍ਹ ਥੱਪੜ ਮਾਰਿਆ, ਕੁਛ ਨਾ ਘਰ ਵਾਲੀ ਹੈ ਨਾਲ ਬੱਚੇ ਨੇ, ਕੋਈ ਨਹੀਂ ਦੇਖਦੇ ਵੀ ਕੋਈ ਕਿਸੇ ਦੀ ਮਾਣ ਇੱਜ਼ਤ ਵੀ ਹੁੰਦਾ। ਇਹ ਆਜ਼ਾਦੀ ਲੈ ਕੇ ਦਿੱਤੀ ਭਗਤ ਸਿੰਘ ਹੋਰਾਂ ਨੇ ਸਾਨੂੰ, ਇਹ ਬੰਦ ਹੋਊਗਾ, ਲੋਕਾਂ ਦੀ ਇੱਜ਼ਤ ਮਾਣ ਸਤਿਕਾਰ ਸ਼ੁਰੂ ਹੋਊਗਾ। ਪਹਿਲੇ ਦਿਨ ਮੈਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਹੋਇਆ ਨਾ, ਇਹ 92 ਸੀਟਾਂ ਤੁਸੀਂ ਦਿੱਤੀਆਂ ਨੇ ਅਤੇ ਇਹ ਹੁਣ ਜਿਹੜੀ ਸਰਕਾਰ ਹੈ ਇਹ ਲੋਕਾਂ ਦੀ ਇੱਜ਼ਤ ਅਤੇ ਮਾਣ ਸਤਿਕਾਰ ਬਹਾਲ ਕਰੂਗੀ। ਗਰੀਬਾਂ ਦੇ ਸਕੂਲ ਹੀ ਹੋਰ ਨੇ, ਅਮੀਰਾਂ ਦੇ ਸਕੂਲ ਹੋਰ ਨੇ। ਗਰੀਬਾਂ ਦਾ ਸਿਲੇਬਸ ਹੀ ਹੋਰ ਹੈ, ਅਮੀਰਾਂ ਦਾ ਸਿਲੇਬਸ ਹੋਰ ਹੈ। ਗਰੀਬਾਂ ਦੇ ਹਸਪਤਾਲ ਹੋਰ ਨੇ, ਗਰੀਬਾਂ ਦੇ ਹਸਪਤਾਲ ਹੋਰ ਨੇ। ਕੀ ਗੱਲ ਵੀ, ਜਿਉਣ ਦਾ ਤਾਂ ਸਾਰਿਆਂ ਨੂੰ ਹੱਕ ਹੈ, ਪੜ੍ਹਨ ਪੜ੍ਹਾਈ ਤਾਂ ਘੱਟੋ ਘੱਟ ਇੱਕੋ ਜਿਹੀ ਹੋਵੇ। ਮੋਦੀ ਜੀ ਰੋਜ਼ ਕਹਿੰਦੇ ਆ 1 ਨੇਸ਼ਨ 1 ਇਲੈਕਸ਼ਨ, ਇੱਕ ਦਿਨ ਐਂ ਵੀ ਕਹਿ ਦਿਓ ਜਨਾਬ 1 ਨੇਸ਼ਨ 1 ਐਜੂਕੇਸ਼ਨ, ਇੱਕੋ ਜਿਹੀ ਪੜ੍ਹਾਈ ਸਾਰੇ ਦੇਸ਼ 'ਚ। ਨੰਬਰ ਘੱਟ ਵੱਧ ਆ ਜਾਣ, ਚਲੋ ਬੱਚੇ ਦੀ ਮਿਹਨਤ 'ਤੇ ਡਿਪੈਂਡ ਹੈ, ਪਰ ਘੱਟੋ ਘੱਟ ਸਿਲੇਬਸ ਤਾਂ ਇੱਕੋ ਜਿਹਾ ਹੋਵੇ। ਪਰ ਉਹ ਕਿਉਂ ਕਹਿਣ, ਉਹ ਤਾਂ ਆਪ ਨਹੀਂ ਕਦੇ ਐਜੂਕੇਸ਼ਨ ਵਾਲੇ ਪਾਸੇ ਗਏ। ਉਹ ਪੇਪਰ ਕਿਵੇਂ ਦੇਣੇ ਨੇ ਇਹ ਸਮਝਾਈ ਜਾਂਦੇ ਹੁੰਦੇ ਨੇ। ਮੈਂ ਕਿਹਾ ਆਪ ਕਦੇ ਦਿੱਤੇ ਸੀ ਬੱਚਿਆਂ ਨੂੰ? ਕਹਿੰਦੇ ਅੱਜ ਮੋਦੀ ਜੀ ਪੇਪਰ ਦੇਣੇ ਸਿਖਾਉਣਗੇ। ਮੈਂ ਕਿਹਾ ਆਪ ਦਿੱਤੇ ਕਦੇ? ਮੈਂ ਤਾਂ ਪਾਰਲੀਮੈਂਟ 'ਚ ਕਹਿਤਾ ਸੀ, ਮੈਂ ਨਹੀਂ ਹੁਣ ਮੈਂ ਸਿੱਧੇ ਹੀ ਬੋਲਦਾ ਹੁਣ, ਭਾਈ ਕੈਸਟਾਂ ਸੀਡੀਆਂ 'ਚ ਵੀ ਅਸੀਂ ਬੋਲਦਾ ਸੀ। ਮੈਂ ਤਾਂ ਜਦੋਂ ਹੋਵੇ ਨਾ, ਮੈਨੂੰ ਕੋਈ ਡਰ ਹੋਵੇ, ਮੈਂ 1 ਰੁਪਈਆ ਖਾਧਾ ਹੋਵੇ, ਮੈਨੂੰ ਈਡੀ ਦਾ ਡਰ ਹੋਵੇ, ਮੈਨੂੰ ਕੋਈ ਮੇਰੇ 'ਤੇ ਆਹ ਲਾ ਦੇਣਗੇ ਸੀ ਵੀ ਲਾ ਲਓ, ਕੀ ਲਾਓ ਲੱਭੋਗੇ? ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਸੀ, ਮੈਂ ਕਿਹਾ 15 ਲੱਖ ਕੀ ਰਕਮ ਲਿਖਤਾ ਹੂੰ ਤੋ ਸਿਆਹੀ ਸੁੱਕ ਜਾਤੀ ਹੈ, ਕਾਲੇ ਧਨ ਕੇ ਬਾਰੇ ਮੈਂ ਸੋਚਤਾ ਹੂੰ ਤੋ ਕਲਮ ਰੁਕ ਜਾਤੀ ਹੈ। ਹਰ ਬਾਤ ਹੀ ਜੁਮਲਾ ਨਿਕਲੀ, ਮੋਦੀ ਜੀ ਅਬ ਤੋ ਇਹ ਵੀ ਸ਼ੱਕ ਹੈ ਕਿ ਚਾਏ ਬਣਾਉਣੀ ਆਉਂਦੀ ਹੈ? ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਈ, ਮਾਰੇ ਗੱਪ ਮਾਰਿਆ ਹੋਈ ਹੈ। ਜੋ ਲੱਗਦੇ ਅੱਡੇ ਅੱਡੇ ਗੱਪ ਮਾਰਦੇ ਯਾਰ, ਕੋਈ ਤਾਂ ਸੱਚ ਬੋਲੋ ਦੇਸ਼ ਦੇ ਲੋਕਾਂ ਨਾਲ ਯਾਰ, ਕੋਈ ਤਾਂ ਸੱਚ ਬੋਲੋ ਕਦੇ, ਧਰਮ ਦੇ ਨਾਂ 'ਤੇ, ਨਫ਼ਰਤ ਦੇ ਨਾਂ 'ਤੇ ਵੋਟਾਂ ਲੈਣੀਆਂ ਬਸ। ਆਮ ਆਦਮੀ ਪਾਰਟੀ ਹੈ, ਕੰਮ ਦੇ ਨਾਂ 'ਤੇ ਵੋਟਾਂ ਮੰਗਦੀ ਹੈ। ਜਦੋਂ ਮੈਂ 14 'ਚ ਖੜਾ ਹੋਇਆ ਸੀ, ਜਦੋਂ ਮੈਂ 14 'ਚ ਮੈਂ ਜਦੋਂ ਇਲੈਕਸ਼ਨ ਜਿੱਤਿਆ ਉੱਥੋਂ ਸੰਗਰੂਰ ਤੋਂ, ਤਾਂ ਮੈਂ ਫੋਟੋ ਇੱਦਾਂ ਖਿਚਾਈ ਸੀ, ਇਸ ਤਰ੍ਹਾਂ ਫੋਟੋ ਖਿਚਾਈ ਸੀ ਹੱਥ ਬੰਨ ਕੇ, ਅਤੇ ਮੈਂ ਨਾਲ ਨਾਲ ਇਹ ਕਹਿ ਵੀ ਰਿਹਾ ਸੀ, ਨਾਲ ਨਾਲ ਮੈਂ ਕਹਿ ਵੀ ਰਿਹਾ ਸੀ ਕਿ ਭਾਈ ਐਤਕੀ ਤਾਂ ਮੈਨੂੰ ਹੱਥ ਬੰਨ ਕੇ ਅਪੀਲ ਕਰਨ ਵਾਸਤੇ ਫੋਟੋ ਖਿਚਾਉਣੀ ਪੈ ਗਈ ਕਿ ਮੈਨੂੰ ਇੱਕ ਮੌਕਾ, ਬੈਠੇ ਜੀ ਮੈਂ ਗੱਲ ਕਰੂੰਗਾ ਬਾਅਦ 'ਚ, ਬੈਠੋ, ਕਿ ਮੈਨੂੰ ਇੱਕ ਮੌਕਾ ਦਿਓ, ਮੈਨੂੰ ਹੱਥ ਬੰਨ ਕੇ ਫੋਟੋ ਖਿਚਾਉਣੀ ਪੈ ਗਈ।
ਅਪੀਲ ਕਰਨੀ ਪੈ ਗਈ। ਪਰ ਜੇ 5 ਸਾਲਾਂ ਬਾਅਦ ਦੁਬਾਰੇ ਫਿਰ ਮੈਨੂੰ ਹੱਥ ਬੰਨ ਕੇ ਫੋਟੋ ਖਿਚਾਉਣੀ ਪੈ ਗਈ, ਫਿਰ ਲੱਖ ਲਾਣ ਤਾਂ ਮੇਰੀ ਰਾਜਨੀਤੀ ਯਾਰ। 5 ਸਾਲ ਮੈਂ ਕੀਤਾ ਕੀ ਫਿਰ? ਅਗਲੀ ਵਾਰ ਕੰਮਾਂ ਤੇ ਮੰਗੂ, ਮੈਂ ਕਿਹਾ ਹੱਥ ਨਹੀਂ ਬੰਨਦਾ। 19 ਦੇ ਵਿੱਚ ਐਂ ਫੋਟੋ ਖਿਚਾਈ ਸੀ ਏਦਾਂ, ਫਿਰ ਚਿਤਾਏ ਸੀ ਲੱਖਾਂ ਦੇ ਲੋਕਾਂ ਨੇ। ਇਹ ਹਰ ਵਕਤੀ ਜਦੋਂ ਦੀ ਸੁਰਤ ਸੰਭਾਲੀ ਆ, ਇੱਕ ਮੌਕਾ ਹੋਰ ਦੇ ਦਿਓ। ਤੁਰਿਆ ਜਾਂਦਾ ਨਹੀਂ, 4 ਬੰਦੇ ਇੱਧਰੋਂ ਫੜਦੇ ਆ, 4 ਇੱਧਰੋਂ ਚੱਕ ਕੇ ਸਟੇਜ 'ਤੇ ਲੈ ਕੇ ਜਾਂਦੇ, ਜਾਣ ਸਾ ਕਹਿੰਦਾ ਇੱਕ ਮੌਕਾ ਹੋਰ, ਉਹ ਬਸ ਕਰੋ ਯਾਰ। ਉਹ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਹੋਏ, ਤੁਸੀਂ ਨਹੀਂ ਥੱਕੇ ਹੋ ਲੁੱਟ ਲੁੱਟ ਕੇ। ਸੋ ਇਸ ਕਰਕੇ ਕੇਜਰੀਵਾਲ ਇੱਕ ਐਸਾ ਲੀਡਰ ਮੈਂ ਆਪਣੀ ਜ਼ਿੰਦਗੀ 'ਚ ਇੱਦਾਂ ਦਾ ਨਹੀਂ ਦੇਖਿਆ ਕਦੇ। ਪਹਿਲਾਂ 2020 ਦੀਆਂ ਇਲੈਕਸ਼ਨਾਂ ਸੀ ਦਿੱਲੀ ਦੀਆਂ, 2 ਮਹੀਨੇ ਵੋਟਾਂ 'ਚ ਰਹਿੰਦੇ ਸੀ, ਬਸ ਟੀਵੀ 'ਤੇ ਆ ਕੇ ਕਹਿਤਾ ਦਿੱਲੀ ਵਾਲੋ ਅਗਰ ਮੇਰੇ 4.5 ਸਾਲ ਕੇ ਕਾਮ ਅੱਛੇ ਲਗੇ ਤੋ ਵੋਟ ਦੇ ਦੇਣਾ, ਵਰਨਾ ਮੁਝੇ ਵੋਟ ਮਤ ਦੇਣਾ। ਆਹ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ, ਜਿਗਰਾ ਚਾਹੀਦਾ, ਜਿਗਰਾ ਇਹ ਕਹਿ ਕੇ ਦਿਖਾਉਣ ਵੀ ਸਾਡੇ ਕੰਮਾਂ ਦੇ ਵੋਟ, ਕੰਮ ਤਾਂ ਕੀਤਾ ਨਹੀਂ ਕੋਈ, ਕੰਮ ਤਾਂ ਕੀਤਾ ਹੀ ਨਹੀਂ ਕੋਈ, ਲੁੱਟਿਆ ਬਸ। ਉਹ ਕੋਈ ਦਾ ਢਾਬਾ ਚੱਲਦਾ ਉਹ ਦੱਬ ਲਓ, ਕਿਸੇ ਦੀ ਬੱਸ ਭਰੀ ਜਾਂਦੀ ਉਹ ਰੂਟ ਲੈ ਲਓ, ਉਹ ਕੋਈ ਰੇਤੇ ਦੀਆਂ ਖੱਡਾਂ ਸਾਡੀਆਂ, ਸ਼ਰਾਬਾਂ ਦੇ ਠੇਕੇ ਸਾਡੇ। ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਕਹਾਂ ਆ ਸਕਦੇ ਨੇ ਨਾਲ, ਉਹ ਚਿੱਠੀ ਚੁੱਠੀ ਨਾਲ ਲਿਖਾਈ ਫਿਰਦੇ ਹੋਣ ਕਿਤੇ ਧਰਮਰਾਜ ਤੋਂ, ਨਕਲੀ ਉਹ ਵੀ ਨਕਲੀ ਲਿਖਾਉਣਗੇ, ਹੋਰ ਤਾਂ ਕਿੱਥੋਂ ਲਿਖਾਉਣਗੇ। ਰੱਬ ਤਾਂ ਇਹਨਾਂ ਦੇ ਨੇੜੇ ਹੀ ਲੱਗਦਾ ਹੋਣਾ, ਰੱਬ ਵੀ ਕਹਿੰਦਾ ਹੋਣਾ ਜੇ ਮੈਂ ਨੇੜੇ ਗਿਆ ਮੈਨੂੰ ਨਾ ਵੇਚ ਕੇ ਖਾ ਜਾਣੇ, ਵੇਚ ਹੀ ਰਹੇ ਆ ਰੱਬ ਦੇ ਨਾਂ 'ਤੇ ਵੀ ਤਾਂ ਖਾ ਹੀ ਰਹੇ ਆ, ਧਰਮ ਦੇ ਨਾਂ 'ਤੇ ਵੀ ਖਾ ਹੀ ਰਹੇ ਆ। ਕੋਈ ਨਹੀਂ, ਉਹ ਹੈਗਾ ਕਹਾਂ ਨੀਲੀ ਛਤਰੀ ਵਾਲਾ, ਨਾ ਲੱਤ ਮਾਰਦਾ ਨਾ ਕਸੁੰਨ ਮਾਰ, ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਹੁਣ ਮੱਤ ਵੱਜੀ ਹੋਈ ਪਈ ਹੈ, ਅਕਾਲੀ ਦਲ ਲੜਾਈ ਸ਼ੁਰੂ ਕਰ ਲਈ, ਪੰਜਾਬ ਬਚਾਓ ਯਾਤਰਾ, ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ 20 ਮਹੀਨੇ ਪਹਿਲਾਂ, ਹੋਰ ਕਿਤੋਂ ਬਚਾਈਏ ਹੁਣ, ਤੁਸੀਂ ਤਾਂ ਮਾਰਨ ਵਾਲੇ ਉਹਨੂੰ, ਪੰਜਾਬ ਬਚਾਓ ਕਹਿੰਦੇ। ਹਾਂ ਹਾਲ ਜੋ ਪੰਜਾਬ ਬਚਾਓ ਨਹੀਂ ਹੈਗਾ, ਉਹ ਪਰਿਵਾਰ ਬਚਾਓ ਯਾਤਰਾ ਹੈ ਵੀ ਸਾਡਾ ਪਰਿਵਾਰ ਬਚਾਓ, ਮਜੀਠੇ ਤੋਂ ਸ਼ੁਰੂ ਕਰ ਲਿਆ, ਇੱਥੇ ਮੇਰਾ ਸਾਲ ਹੈ ਉਹਨੂੰ ਬਚਾਓ, ਫਿਰ ਕੈਰੋਂ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ, ਫਿਰ ਫਿਰੋਜ਼ਪੁਰ ਲੰਘ ਗਏ ਕਹਿੰਦੇ ਇੱਥੋਂ ਮੈਂ ਹੁੰਦਾ MP ਮੈਨੂੰ ਬਚਾਓ, ਫਿਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਾਈ ਹਰਸਿਮਰਤ ਕੌਰ ਹੈ ਉਹਨੂੰ ਬਚਾਓ। ਕੀ ਗੱਲ ਵੀ ਅਸੀਂ ਆਪਦੇ ਪਰਿਵਾਰ ਤਾਂ ਉਜਾੜਤੇ, ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਂਦੇ ਹੋ, ਸਾਨੂੰ ਰਜਿਸਟਰੀ ਕਰਾਈਏ ਅਸੀਂ ਪਰਿਵਾਰ ਬਚਾਈਏ, ਕਿਉਂ ਬਚਾਈਏ? ਮੱਤ ਵੱਜੀ ਹੋਈ ਉਹਨਾਂ ਦੀ, ਮੱਤ ਵੱਜੀ ਹੋਈ। ਸੋ ਇਹਨਾਂ ਨੂੰ ਮੂੰਹ ਨਾ ਲਾਇਓ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸਾਡੇ ਕੋਲ, ਮੈਂ ਦੇਖ ਲਓ 22 ਮਹੀਨੇ ਹੋ ਗਿਆ, 16 ਤਰੀਕ ਨੂੰ ਨਾ ਸਾਲ ਹੋ ਜੂ ਆਪਾਂ ਨੂੰ, 2 ਸਾਲ ਹੋ ਜਾਣਗੇ, 2 ਸਾਲਾਂ 'ਚ ਕਦੇ ਤੁਸੀਂ ਮੇਰੇ ਮੂੰਹੋਂ ਸੁਣਿਆ? ਮੈਂ ਰੋਜ਼ ਕਿਤੇ ਨਾ ਕਿਤੇ ਹੁੰਦਾ, ਕਦੇ ਵੀ ਇੱਕ ਵਾਰੀ ਮੇਰੇ ਮੂੰਹੋਂ ਕਦੇ ਭਾਸ਼ਣ ਜਾਂ ਕਿਤੇ ਪ੍ਰੈਸ ਕਾਨਫਰੰਸ 'ਚ ਮੇਰੇ ਮੂੰਹ ਸੁਣਿਆ ਕਿ ਖਜ਼ਾਨਾ ਖਾਲੀ ਹੈ? ਨਾ, ਕਿਉਂ ਖਾਲੀ ਹੈ ਬਈ? ਲੋਕਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦਾ, ਬੰਦੇ ਦੀ ਨੀਅਤ ਖਾਲੀ ਹੁੰਦੀ ਹੈ, ਇਹਨਾਂ ਦੀ ਨੀਅਤਾਂ ਖੋਖਾ ਖਾਲੀ ਸੀਗੀ, ਉਹਨੇ ਕਦੇ ਕਿਹਾ ਹੀ ਨਹੀਂ ਵੀ ਖਜ਼ਾਨਾ ਭਰਿਆ ਹੋਇਆ, ਖਜ਼ਾਨਾ ਖਾਲੀ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ।
ਖਜ਼ਾਨਾ ਖਾਲੀ ਹੈ। ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ, ਉਹਨੂੰ ਪੀਪਾ ਕਹੋ, ਖਾਲੀ ਨੂੰ ਖਜ਼ਾਨਾ ਕਿਵੇਂ ਕਹਿ ਦਾਂਗੇ ਫਿਰ ਆਪਾਂ। ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ, ਦੇਖੋ ਇਹ ਕੀ ਕਰਦੇ ਹੈ, ਇਹ ਬੀਜੇਪੀ ਵਾਲੇ ਖਾਸ ਤੌਰ ਖੋਹਦੇ ਹੈ ਵੀ ਇਹਨੂੰ ਇਹਦੇ MLA ਤੋੜ ਲਓ, ਇਹਦੇ MP ਤੋੜ ਲਓ, ਇਹਨੂੰ ਪੈਸੇ ਦੇ ਦਿਓ, ਲਾਲਚ ਦੇ ਦਿਓ। ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ, ਚੰਡੀਗੜ੍ਹ ਦੇ ਮੇਅਰ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖੀਆਂ, 36 ਵੋਟਾਂ ਗਿਣੀਆਂ, 36 ਤੇ ਵੋਟਾਂ ਕਿਵੇਂ ਗਿਣ ਰਿਹਾ ਸੀ ਉਹ ਜਿਹੜਾ ਇਹਨਾਂ ਦਾ ਅਫਸਰ ਸੀਗਾ, ਇਹਨਾਂ ਦਾ ਅਫਸਰ ਕਹਿੰਦਾ, ਇਹਨਾਂ ਦਾ ਵਰਕਰ ਹੀ ਸੀਗਾ ਬੀਜੇਪੀ ਦਾ। ਆਲੇ ਕੈਮਰੇ ਲੱਗੇ ਹੋਏ, ਉਹ ਫਿਰ ਐਂ ਹੁੰਦਾ ਨਾ 100 ਦਿਨ ਜੋੜਦਾ, ਇੱਕ ਦਿਨ ਸਾਧ ਦਾ, ਕਿਤੇ ਉਸ ਤੋਂ ਦਿਨ ਸਾਧ ਦਾ ਸੀ ਕਿਤੇ ਕੁਦਰਤੀ, ਐਂ ਵੋਟਾਂ ਐਂ ਕਰਕੇ ਖਰਾਬ ਵੋਟ ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ, ਨਾਲੇ ਐਂ ਦੇਖਦਾ ਸੀ ਕੈਮਰਾ ਤਾਂ ਚੱਲਦਾ, ਇੰਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਦੋਂ, ਗੱਲ ਬਣੀ ਨਹੀਂ ਐਂ ਕਰਕੇ। ਉਹ 36 ਵੋਟਾਂ ਚੋਂ 8 ਵੋਟਾਂ ਕੈਂਸਲ ਕਰਤੀਆਂ, 8 ਦੀਆਂ 8 ਆਮ ਆਦਮੀ ਪਾਰਟੀ ਦੀਆਂ, ਜੋ 8 ਪੈਂਦੀਆਂ ਨੇ ਸਾਡਾ ਮੇਅਰ ਬਣਦਾ। ਅਸੀਂ ਸੁਪਰੀਮ ਕੋਰਟ ਚਲੇ ਗਏ, ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ, ਕਹਿੰਦੇ ਆ ਜਾ, ਤੂੰ ਐਂ ਕਿਉਂ ਲਾਇਆ ਸੀ ਮੋਹਰਾਂ, ਕਹਿੰਦੇ ਜੀ ਉਹ ਖਰਾਬ ਸੀ ਪਹਿਲੀ ਤਾਂ ਲਾਈਆਂ ਸੀ ਮੈਨੂੰ, ਤੇ ਕਹਿੰਦਾ ਲਿਆ ਕੱਢ ਕੇ ਦਿਖਾ, ਉਸੇ ਤੋਂ ਗਣਵਾਈਆਂ, ਕਹਿੰਦਾ ਦੇਖ ਕੀ ਖਰਾਬੀ ਹੈ, ਚੱਲ ਗਏ ਨਾ। ਉੱਥੇ ਹੀ ਡਿਕਲੇਅਰ ਕੀਤਾ ਕਿ ਮੇਅਰ ਚੰਡੀਗੜ੍ਹ ਦਾ ਆਮ ਆਦਮੀ ਪਾਰਟੀ ਦਾ ਹੋਊਗਾ, ਐਂ ਹੁੰਦਾ। ਉਹ ਯਾਰ ਤੁਸੀਂ ਜਿੱਤ ਲਓ ਵੋਟਾਂ ਰਾਹੀਂ, ਜਿੱਤ ਲਓ ਕਦੋਂ ਅਸੀਂ ਫਤਵਾ, ਮੋਦੀ ਸਾਹਿਬ ਨੂੰ ਫਤਵਾ ਮਿਲਿਆ, ਸਿਰ ਮੱਥੇ ਆ ਜੀ, ਇਹ 'ਚ ਕਿਹੜੀ ਗੱਲ ਹੈ, ਲੋਕਾਂ ਦਾ ਫਤਵਾ ਹੈ, ਤੁਸੀਂ ਵੋਟਾਂ ਰਾਹੀਂ ਜਿੱਤ ਲਓ, ਆਹ ਗਿਣਤੀਆਂ ਮਿਣਤੀਆਂ ਰਾਹੀਂ ਤਾਂ ਨਾ ਜਿੱਤੋ ਨਾ, ਕਿ ਉਹਦੀਆਂ ਵੋਟਾਂ ਕੱਟ ਲਓ, ਇਹਦੀਆਂ ਗਿਣ ਲਓ, ਇਹਦੀਆਂ ਕਢਾ ਦਿਓ, ਇਹਦੀਆਂ ਹਟਾ ਦਿਓ, ਇਹਦੀਆਂ ਕੈਂਸਲ ਕਰ ਦਿਓ, ਇਹ ਤਾਂ ਗਲਤ ਹੋ ਗਿਆ ਨਾ। ਜੀਵਨ ਰੁੱਤ ਨੂੰ ਹੱਥੀ, ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ, ਸਾਹਾਂ ਦੇ ਦਾਣੇ ਚੱਬੋ, ਫੱਕੇ ਨਾ ਮਾਰੋ, ਗਰੀਬ ਦਾ ਬਾਲ ਖਿਡਾਉਣੇ ਦੇਣ ਦਾ ਇਹ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ। ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ, ਇਹ ਦੁਖੀਆਂ ਨਾਲ ਯੱਕੇ ਮਾਰਨ ਦੀਆਂ ਆਦਤਾਂ ਪੈ ਗਈਆਂ ਇਹਨਾਂ ਨੂੰ। ਪਰ ਕੋਈ ਗੱਲ ਨਹੀਂ, ਕਈ ਵਾਰੀ ਦੁਖੀ ਕੰਮ ਆਉਂਦੀ ਹੈ, ਉਸ ਜਿਵੇਂ ਕਹਿੰਦੇ ਆ ਨਾ ਕਿ 1 ਲੱਖ ਰੁਪਈਆ ਜਿਹੜਾ, ਉਹਦੇ ਬਾਰੇ ਕਿਹਾ ਕਿਸੇ ਨੇ, ਕਹਿੰਦਾ ਵੀ ਮੰਨਿਆ ਕਿ 1 ਰੁਪਈਆ 1 ਲੱਖ ਦੇ ਬਰਾਬਰ ਨਹੀਂ ਬਹਿੰਦਾ, ਮੰਨਿਆ ਕਿ 1 ਰੁਪਈਆ 1 ਲੱਖ ਦੇ ਬਰਾਬਰ ਨਹੀਂ ਬਹਿੰਦਾ, ਪਰ ਜਰਾ ਸੋਚ ਕੇ ਦੇਖੋ ਜੇ 1 ਲੱਖ ਚੋਂ ਰੁਪਈਆ ਕੱਢਦੀ ਉਹ ਵੀ 1 ਲੱਖ ਨਹੀਂ ਰਹਿੰਦਾ, ਉਹ ਵੀ 99,999 ਬਣ ਜਾਂਦਾ ਫਿਰ। ਇਸ ਕਰਕੇ ਰੁਪਈਏ ਦੀ ਵੀ ਵੈਲਿਊ ਹੈ, ਹਰ ਬੰਦੇ ਦੀ ਵੈਲਿਊ ਹੈ। ਵੋਟਰ ਕਾਰਡ ਜਿਹੜਾ ਤੁਹਾਡੇ ਕੋਲ ਹੈਗਾ ਨਾ, ਸ਼ਹੀਦ ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ ਜੀ, ਮਦਨ ਲਾਲ ਢੀਂਗਰਾ ਹੋਰੀ, ਚੰਦਰ ਸ਼ੇਖਰ ਆਜ਼ਾਦ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ, ਉਹਨਾਂ ਨੇ ਲੈ ਕੇ ਦਿੱਤਾ ਵੋਟਰ ਕਾਰਡ ਆਪਾਂ ਨੂੰ, ਐਵੇਂ ਨਾ ਫੜਾ ਲਿਆ ਕਰੋ ਇੱਧਰ ਉੱਧਰ, ਉਹਦੀ ਕੀਮਤ ਸਮਝਿਓ। ਚੰਗੇ ਬੰਦਿਆਂ ਨੂੰ ਚੁਣੋ ਤਾਂ ਤੁਹਾਨੂੰ ਪੈਸੇ ਲੈ ਕੇ ਵੋਟ ਪਾਉਣੀ, ਇੱਕ ਵਾਰੀ ਪੈਸੇ ਲੈ ਲੈਣਗੇ, ਜਿਹੜਾ ਤੁਹਾਨੂੰ 1 ਵਾਰੀ ਖਰੀਦ ਲੂ 5 ਸਾਲ ਤੁਹਾਨੂੰ ਵੇਚੂ। ਆ ਹੁਣ ਤੁਸੀਂ ਬਿਜਲੀ ਦੇ ਬਿੱਲ ਨੇ, ਜਿਹੜਾ 5,000 ਆਉਂ ਸੀ ਕਿ 7,000 ਆਉਂ ਸੀ, ਦੇਖਿਆ ਫਿਰ 90% ਘਰਾਂ ਨੂੰ ਬਿਜਲੀ ਫ੍ਰੀ ਆਉਂਦੀ ਹੈ ਨਾ, ਉਹੀ ਤਾਰਾਂ ਨੇ, ਉਹੀ ਪਲੱਗ ਨੇ, ਉਹੀ ਜੈਂਪਰ ਨੇ, ਉਹੀ ਟਰਾਂਸਫਾਰਮਰ, ਹੁਣ ਕਿਵੇਂ ਆਉਂਦੀ ਹੈ, ਆਉਂਦੀ ਹੈ ਬਿਜਲੀ ਫ੍ਰੀ, ਸਾਨੂੰ ਕਰਨੀ ਆਉਂਦੀ ਹੈ, ਦਿੱਲੀ 'ਚ ਕੀਤੀ ਹੈ, ਨੀਹ ਸਾਫ਼ ਹੈ, ਅਸੀਂ ਬਿਜਲੀ ਵਾਲਿਆਂ ਤੋਂ ਪੈਸੇ ਨਹੀਂ ਖਾਂਦੇ ਕੰਪਨੀ ਵਾਲਿਆਂ ਤੋਂ, ਅਸੀਂ ਆਪਦੀ ਕੋਲੇ ਦੀ ਖੰਡ ਚਲਾ ਲਈ, ਝਾਰਖੰਡ ਵਾਲੀ ਪੰਜਾਬ ਦੀ 2015 ਤੋਂ ਬੰਦ ਪਈ ਸੀ, 2022 ਚ ਆ ਕੇ ਚਲਾਈ ਹੈ। ਪਛਵਾੜਾ ਕੋਲ ਮਾਈਨ ਹੈ, ਪਛਵਾੜਾ ਉੱਥੇ ਇੱਕ ਸ਼ਹਿਰ ਹੈ, ਉੱਥੇ ਕੋਲਾ ਨਿਕਲਦਾ, ਉੱਥੇ ਪੰਜਾਬ ਦੀ ਕੋਲੇ ਦੀ ਖਾਨ ਹੈ, ਪਹਿਲਾਂ ਬੰਦ ਕਰ ਰੱਖੀ ਸੀ ਕਿਉਂਕਿ ਪ੍ਰਾਈਵੇਟ ਤੋਂ ਲੈਂਦੇ ਸੀ, ਪੈਸੇ ਲੈਂਦੇ ਸੀ, ਅਸੀਂ ਆਪਦੀ ਖੰਡ ਚਲਾ ਲਈ, ਤਾਂ ਹੀ ਉਹ ਥਰਮਲ ਪਲਾਂਟ ਖਰੀਦਿਆ ਆਪਾਂ,
ਗੋਇੰਦਵਾਲ ਸਾਹਿਬ ਵਾਲਾ ਜੀ ਦਾ ਨਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ। ਸ੍ਰੀ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਸੁਲਤਾਨਪੁਰ ਆਪਣਾ ਗੋਇੰਦਵਾਲ ਸਾਹਿਬ ਬੀਤੀ ਹੈ, ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸੀ, ਲੰਗਰ ਪ੍ਰਥਾ ਸ਼ੁਰੂ ਕੀਤੀ ਸੀ। ਸੋ ਉੱਥੇ ਆਪਾਂ ਜਿਹੜਾ ਕੋਲਾ ਆਪਣੇ ਕੋਲ ਆਮ ਹੈ, ਅਤੇ ਹੁਣ ਬਿਜਲੀ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਹੋਊਗੀ, ਕਿਉਂਕਿ ਘਰਾਂ ਵਾਲੀ ਤਾਂ ਹੋਊਗੀ ਨਾ, ਹੁਣ ਇੰਡਸਟਰੀ ਵਾਲੀ ਵੀ ਸਸਤੀ ਕਰਾਂਗੇ। ਜੇ ਇੰਡਸਟਰੀ ਵਾਲੀ ਸਸਤੀ ਕਰਤੀ, ਸਾਰਾ ਬਦੀ ਸਾਰਾ ਮੱਧ ਪ੍ਰਦੇਸ਼ ਇੱਥੇ ਆਜੂਗਾ, ਇੱਥੇ ਫੈਕਟਰੀਆਂ ਲੱਗਣਗੀਆਂ, ਸਾਡੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ, ਪੁਲਿਸ 'ਚ ਭਰਤੀਆਂ ਚੱਲ ਰਹੀਆਂ ਨੇ, ਖੇਡਾਂ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ। ਸੋ ਸਾਡੇ ਵੱਲੋਂ ਕੋਈ ਕਮੀ ਨਹੀਂ। ਜੇ ਤੁਹਾਨੂੰ ਲੱਗਦਾ ਕਿ ਯਾਰ ਆਪਣੇ ਵਰਗੇ ਨੇ, ਪਹਿਲਾਂ ਇੱਥੇ ਕਦੇ ਮੁੱਖ ਮੰਤਰੀ ਆਇਆ ਹੈ, ਕਦੇ ਇੱਥੇ ਆਇਆ ਨਾ ਜੀ, ਨੇੜੇ ਤੇੜੇ ਜਿੱਥੇ ਜਾਂਦਾ ਮੈਂ, ਸਟੇਟ ਸੈਕਟਰੀ ਸਭ ਤੋਂ ਪਹਿਲਾਂ ਇਹ ਕਹਿੰਦਾ ਪਹਿਲੀ ਵਾਰ ਹੋਇਆ ਜੀ ਕਿ ਮੁੱਖ ਮੰਤਰੀ ਆਏ ਨੇ। ਮੈਂ ਕਿਹਾ ਪਹਿਲਾਂ ਤਾਂ ਕਿਤੇ ਗਏ ਹੀ ਨਹੀਂ ਯਾਰ, ਉਹ ਕਿਤੇ ਨਹੀਂ ਜਾਂਦੇ ਸੀ, ਕਹਿੰਦੇ ਨਾ ਪ੍ਰੋਟੋਕਾਲ ਹੈ, ਮੁੱਖ ਮੰਤਰੀ ਨਹੀਂ ਜਾਂਦਾ ਹੁੰਦਾ, ਕਿਉਂ ਨਹੀਂ ਜਾਂਦਾ ਹੁੰਦਾ। ਅਤੇ ਮੈਂ ਵੀ ਇਹ ਵੀ ਕਹਿਤਾ, ਮੈਂ ਕਿਹਾ ਵੀ ਹੁਣ ਘਰ ਘਰ ਜਾਇਆ ਕਰੋ ਕੰਮ ਕਰਾਉਣ, ਜਦੋਂ ਅਸੀਂ ਵੋਟਾਂ ਮੰਗਣ ਆਉਂਦੇ ਹਾਂ ਉਹ ਤਾਂ ਘਰ ਘਰ ਆ ਜਾਂਦੇ ਅਸੀਂ ਡੋਰ ਟੂ ਡੋਰ, ਜੇ ਵੋਟਾਂ ਮੰਗ ਕੇ ਜਦੋਂ ਜਿੱਤ ਜਾਂਦੇ ਹਾਂ ਉਹ ਕਹਿੰਦੇ ਚੰਡੀਗੜ੍ਹ ਆ ਜਾਓ। ਚੰਡੀਗੜ੍ਹ ਜਾਣਾ ਸੌਖਾ ਜੀ, ਘੱਟੋ ਘੱਟ 5-7 ਹਜ਼ਾਰ ਰੁਪਏ ਦਾ ਖਰਚਾ ਆਰਾਮ ਨਾਲ, ਫਿਰ ਉੱਥੇ ਗਾਂ 'ਚ ਦਫ਼ਤਰ 'ਚ ਕੋਈ ਕੰਮ ਨਾ ਹੋਵੇ ਅਗਲਾ ਗੇੜਾ ਤਾਂ ਫਿਰ ਹੋਰ 5-7 ਹਜ਼ਾਰ ਹੋ ਗਿਆ, ਬਜਾਏ ਉਸ ਦੇ ਤੁਹਾਡੇ ਕੰਮ ਜਲੰਧਰ ਹੋਣ। ਅਸੀਂ ਬਿਜ਼ਨਸ ਦੇ ਇੰਡਸਟਰੀ ਨਾਲ ਸੰਬੰਧਿਤ ਜਿਹੜੇ ਕੰਮ ਨੇ ਜਾਂ NOCਆਂ ਨੇ ਉਹਨਾਂ ਦਾ ਇੱਕ ਸੈਂਟਰ ਜਲੰਧਰ ਬਣਾਉਣ ਲੱਗੇ ਹਾਂ, ਤਾਂ ਕਿ ਅੰਮ੍ਰਿਤਸਰ ਵਾਲੇ ਵੀ ਇੱਥੇ ਆ ਜਾਣ, ਇੱਥੋਂ ਨਾਲ ਗੁਰਦਾਸਪੁਰ ਆ, ਜਲੰਧਰ ਤੋਂ ਕੰਮ ਕਰਾਓ ਆਪਣੇ 10-20 ਕਿਲੋਮੀਟਰ ਜਲੰਧਰ, ਇੱਥੋਂ ਜਾਓ ਚੰਡੀਗੜ੍ਹ, ਚੰਡੀਗੜ੍ਹੋਂ ਆਓ, ਜੇ ਗੇੜਾ ਦੁਬਾਰੇ ਵੱਜ ਗਿਆ ਪਤਾ ਨਹੀਂ ਉੱਥੇ ਰਹਿਣਾ ਪਊ ਕੀ, ਪਤਾ ਨਹੀਂ ਕਿੱਥੇ ਕਿੰਨਾ ਖਰਚਾ ਹੋਊਗਾ, ਕਿਉਂ ਹੋਊਗਾ ਵੀ, ਵਪਾਰੀ ਹੈ, ਵਪਾਰੀ ਜਿਹੜਾ ਆਪਦਾ ਕੰਮ ਕਰਦਾ, ਸਰਕਾਰ ਨੂੰ ਟੈਕਸ ਦਿੰਦਾ, ਰੁਜ਼ਗਾਰ ਦਿੰਦਾ, ਤੁਸੀਂ ਕਿਉਂ ਉਹਨੂੰ ਚੋਰ ਕਿਉਂ ਸਮਝਦੇ ਉਹਨੂੰ। ਸੋ ਅਸੀਂ ਤੁਹਾਡੇ ਸਾਰੇ ਵਰਗਾਂ ਦੀ ਅਸੀਂ ਕਦਰ ਕਰਾਂਗੇ ਅਤੇ ਸਹੂਲਤਾਂ ਬਰਾਬਰ ਦੀਆਂ ਮਿਲਣਗੀਆਂ। ਜੇ ਮਜ਼ਦੂਰ ਤਰੱਕੀ ਕਰੂਗਾ, ਕਿਸਾਨ ਤਰੱਕੀ ਕਰੂਗਾ, ਦੁਕਾਨਦਾਰ ਤਰੱਕੀ ਕਰੂਗਾ, ਛੋਟਾ ਵਪਾਰੀ ਤਰੱਕੀ ਕਰੂਗਾ, ਵੱਡਾ ਵਪਾਰੀ ਤਰੱਕੀ ਕਰੂਗਾ, ਸਾਈਕਲ ਹੈ ਸਾਰਾ ਇੱਕ, ਤਾਂ ਸਾਰਾ ਸਮਾਜ ਤਰੱਕੀ ਕਰੂਗਾ। ਔਰ ਜਦੋਂ ਤਰੱਕੀ ਹੋਊਗੀ, ਪੰਜਾਬ ਨੰਬਰ 1 ਸੂਬਾ ਬਣੂਗਾ, ਔਰ ਜਦੋਂ ਪੰਜਾਬ ਨੰਬਰ 1 ਸੂਬਾ ਬਣੂਗਾ ਨਾ, ਉਦੋਂ ਫਿਰ ਦੇਸ਼ ਨੰਬਰ 1 ਬਣੂਗਾ ਦੁਨੀਆ 'ਚ, ਪੰਜਾਬ ਤੋਂ ਬਿਨਾਂ ਨਹੀਂ ਬਣ ਸਕਦਾ। ਸੋ ਸਾਨੂੰ ਪੰਜਾਬ ਵਾਲਿਆਂ ਨੂੰ, ਸਾਨੂੰ ਸਾਡੇ ਮਾਲਵੇ 'ਚ ਕਹਿੰਦੇ ਬੀਂਡੀ ਵਾਲਾ, ਜਿਹੜਾ ਰੱਸਾਕਸ਼ੀ ਦਾ ਮੈਚ ਹੁੰਦਾ ਨਾ, ਜਿਹੜਾ ਸਭ ਤੋਂ ਮੂਹਰੇ ਲੱਗਿਆ ਹੁੰਦਾ, ਜਿਹਦੇ ਲੱਕ 'ਤੇ ਬੰਨਿਆ ਹੁੰਦਾ, ਉਹਨੂੰ ਬੀਂਡੀ ਵਾਲਾ ਕਹਿੰਦੇ ਨੇ। ਪੰਜਾਬ ਮੂਹਰੇ ਲੱਗਣ ਵਾਲਾ, ਚਾਹੇ ਆਜ਼ਾਦੀ ਦੀ ਲੜਾਈ ਹੋਵੇ, ਚਾਹੇ ਹਰੀ ਕ੍ਰਾਂਤੀ ਹੋਵੇ, ਚਾਹੇ ਜਿਹੜੀ ਮਰਜ਼ੀ ਕੋਈ ਨਵੀਂ ਕ੍ਰਾਂਤੀ ਹੋਵੇ, ਪੰਜਾਬ ਸਭ ਤੋਂ ਪਹਿਲਾਂ ਮੂਹਰੇ ਲੱਗਦਾ। ਸੋ ਆਪਾਂ ਪੰਜਾਬ ਦੀ ਗਰਦਨ ਝੁਕਣ ਨਹੀਂ ਦੇਣੀ। ਇਹਨਾਂ ਦੇ ਆਹ ਜਿਹੜੇ ਫਿਰਦੇ ਨੇ ਨਾਲ ਤਾਂ ਹਾਰੇ ਹੋਏ ਨੇ 2-3 ਤਾਂ, ਸਿੱਧੂ ਮਜੀਠੀਆ ਇਹ ਤਾਂ ਹਾਰੇ ਹੋਏ ਨੇ, ਹੈ ਨਾ, ਸੁਖਬੀਰ ਬਾਦਲ ਹੋਰਾਂ ਨੂੰ ਇਹ ਨਹੀਂ ਪਤਾ ਜਿੱਤੇ ਕਿੱਥੋਂ ਆਏ ਹਾਂ, ਹੈ ਨਾ, ਅਤੇ ਇਹ ਤਾਂ ਭੁੱਲੇ ਫਿਰ ਤਾਂ, ਮਤਲਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ, ਕੰਧਾਂ 'ਚ ਵੱਜਦੇ ਫਿਰਦੇ ਨੇ, ਹਜੇ ਤਾਂ 2 ਸਾਲ ਹੀ ਹੋਏ ਨੇ, ਜਿੱਥੇ 4th ਸਾਲ ਲੱਗ ਗਿਆ ਤਾਂ ਸੜਕਾਂ 'ਤੇ ਆ ਕੇ ਲੋਕਾਂ ਦੇ ਡਲੇ ਮਾਰਨ ਲੱਗ ਜਾਣਗੇ, ਤਾਂ ਇੰਨਾ ਹਾਲਤ ਖਰਾਬ ਹੈ ਇਹਨਾਂ ਦੀ। ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ, ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਸੋ ਪੰਜਾਬ ਦੀ ਗਰਦਨ ਕਦੇ ਝੁਕਣ ਨਹੀਂ ਦੇਣੀ, ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ। ਜੇ ਤੁਹਾਨੂੰ ਲੱਗਦਾ ਸਾਡੇ ਵਰਗੇ ਨੇ, ਸਾਡੇ ਜਵਾਕ ਨੇ, ਸਾਡੇ ਧੀਆਂ ਪੁੱਤ ਨੇ, ਅਤੇ ਸਾਡੇ ਹੱਕ ਦੀਆਂ ਗੱਲਾਂ ਕਰਦੇ ਨੇ, ਤਾਂ ਦੋਨੇ ਹੱਥ ਉੱਪਰ ਚੱਕ ਕੇ 2 ਨਾਅਰੇ ਲਾ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ, ਇਨਕਲਾਬ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ। ਜਿਉਂਦੇ ਵਸਦੇ ਰਹੋ, ਘਰਾਂ 'ਚ ਤਰੱਕੀਆਂ ਦੇ ਦੀਵੇ ਬਲਦੇ ਰਹਿਣ। ਬਹੁਤ ਬਹੁਤ ਪਿਆਰ ਤੁਹਾਨੂੰ, ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।